ਵਾਹਿਗੁਰੂ ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ ਬਰਸ ਇਹ ਕਹੋ ਫਿਰਿਓ ਕਿਨੈ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹਉ ਕਿਆ ਕਹੋ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹਉ ਕਿਆ ਕਹੋ ਗੁਰ ਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਤੀਜਾ ਰਾਤੇ ਸੱਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਰਾਤੇ ਸੱਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਏ ਜਿਉ ਪਾਵੈ ਤਿਉ ਰੱਖੈ ਸੋਏ ਗੁਰੂ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲੋ ਗੁਰਮੇਲ ਮਿਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭੰਨਾ ਰਾਮ ਵਿਸਾਰ ਬਹੁਰ ਪਛਤਾਨਾ ਬਿਸ਼ਰਤ ਮਿਲਾਏ ਗੁਰ ਸੇਵਾ ਰੰਗੇ ਹਰ ਨਾਮ ਦਿਓ ਮਸਤਕ ਵੱਡ ਭਾਗੇ ਪੌਣ ਪਾਣੀ ਕਾ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈਂ ਰੋਗ ਕਠਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਵੱਡ ਭਾਗੀ ਤਾਰੇ ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ ਚਾਰ ਨਦੀਆਂ
अग्नि तन चारे तृष्णा जलत जले अहंकारे गुरु राखे वड भागी तारे जन नानक उर हर अमृत तारे वाहे गुरु जी का खालसा वाहे गुरु जी की फतेह। इस पावन शब्द की विचार आप जी नू सरवण करा रहे हैं पंथ दे महान विद्वान ज्ञानी हरबन सिंह जी अलवलवारे। सिंह साहब जी नू बेनती है कि इस हफ्ते अंदर साहिबे कमाल जी ने साहिबे कमाल जी दे खालसा जी ने हजूर दे लखते जिगरा ने जपी तपी मां ने जो इतिहास सिरजिया है उस दी मुतलक भी ज्ञानी जी नू अदब सहित बेनती है कि आप जी दे नाल सांझ पौन इस इतिहास दी। और गुरु प्यारी साध संगत जी दिल्ली सिख गुरुद्वारा प्रबंधक कमेटी वालों साहिबे कमाल श्री गुरु गोबिंद सिंह साहब महाराज जी दे लखते जिगरां दा शहीदी जोड़ मेला मनाया जा रहा है। 23 तरीक नूं वड्डे साहिबजादियां दा शहीदी जोड़ मेल गुरुद्वारा श्री दमदमा साहिब विखे सवेरे 6 बजे तो लैके दोपहर दे 2 बजे तक यह शहीदी जोड़ मेल हो रहा है। वड्डे साहिबजादियां दा 23 तरीक नूं गुरद्वारा श्री दमदमा साहिब विखे और 28 तरीक नूं अमृत वेले तो लैके शाम तक छोटे साहिबजादियां दा शहीदी जोड़ मेल गुरद्वारा माता सुंदरी साहिब विखे मनाया जा रहा है। आप जी ने हाजरियां भरन की कृपालता करनी। आप जी नू गुरबाणी कीर्तन द्वारा आसा दीवार दे कीर्तन द्वारा गुरु चरणा नाल जोड़ रहे सन पंथ दे महान कीर्तनीए भाई जसबीर सिंह जी पौंटा साहब वाले। आओ अगले समय लई सत्कार योग ज्ञानी हरबन सिंह जी आप जी नू गुरमत विचारा लड़ीवार गुर शब्द दी विचार नाल गुरु चरणा नाल जोड़नगे जी। वाहिगुरु जी का खालसा वाहिगुरु जी की फतेह। दयालं स्वरूपे सदा अंग संगे अभंगं विभूते गुरु गुरु प्यारी सतसंगत जी वाहिगुरु जी का खालसा वाहिगुरु जी की फतेह। ये पावन बोल धन गुरु अमरदास साहेब दे ते 1172 अंग ते सुशोभित है। ते इस शब्द की जिहड़ी मूल पंक्ति है ते उस दे विच ये जिक्र किया कि दुनिया के तमाम पदार्थ मनुख नूं बहुत चंगे लगते बहुत चंगे ते जिन्हां दे नाल मनुख दी बिरति जुड़ जाती है ते उहदे विच ही बिरति ठहर जाती है अटक जाती पर वो बहुत खुशकिस्मत हैं
ਜਿਨ੍ਹਾਂ ਦੇ ਹਿਰਦੇ ਵਿੱਚ ਚੇਤਨਾ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇ, ਗੁਰੂ ਦੇ ਬੋਲ ਵਾ ਜਾਣ। ਤਾਂ ਸਾਹਿਬ ਕਹਿੰਦੇ ਹਨ, ਗੁਰ ਗੋਪਾਲ ਮੇਰੇ ਮਨ ਭਾਏ, ਰਹਿ ਨਾ ਸਕੋਂ ਦਰਸ਼ਨ ਦੇਖੇ ਬਿਨ, ਸਹਿਜ ਮਿਲੋ ਗੁਰਮੇਲ ਮਿਲਾਏ। ਹੇ ਪ੍ਰਭੂ, ਹੇ ਗੁਰੂ, ਹੇ ਜਗਤ ਦੇ ਪਾਲਣਹਾਰ ਗੋਪਾਲ, ਮੇਰੇ ਮਨ ਦੇ ਵਿੱਚ ਤੇਰਾ ਨਾਮ ਬਹੁਤ ਪਿਆਰਾ ਲੱਗਦਾ ਹੈ, ਬਹੁਤ ਚੰਗਾ, ਬਹੁਤ ਪਿਆਰਾ। ਪਰ ਹਾਂ, ਇਹ ਵੀ ਗੱਲ ਹੈ ਕਿ ਤੇਰੀ ਇਬਾਦਤ ਤੋਂ ਬਗੈਰ ਇੱਕ ਪਲ ਵੀ ਰਹਿਣਾ ਮੇਰੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ, ਬਹੁਤ ਔਖਾ। ਕਿਤਨੀ ਹੈਰਾਨਗੀ ਦੀ ਗੱਲ ਹੈ ਕਿ ਇਸ ਰੂਹੇ ਜ਼ਮੀਨ 'ਤੇ ਬਹੁਤ ਲੋਕ ਐਸੇ ਵੀ ਹਨ ਜਿਨ੍ਹਾਂ ਨੂੰ ਨਾਮ ਚਿੱਤ ਵਿੱਚ ਵੀ ਨਹੀਂ, ਜੀ ਰਹੇ ਨੇ ਪਰ ਉਹਨਾਂ ਦਾ ਜੀਵਣਾ ਜੀਵਣਾ ਨਹੀਂ ਹੈ, ਗੁਸਤਾਖੀ ਮਾਫ, ਤਨ ਕਰਕੇ ਜੀ ਰਹੇ ਨੇ ਪਰ ਅਧਿਆਤਮਿਕ ਮੌਤ ਹੋ ਚੁੱਕੀ ਉਹਨਾਂ ਦੀ। ਅਤੇ ਮੁਬਾਰਕ ਉਹਨਾਂ ਦਾ ਜੀਵਨ ਜਿਹੜੇ ਕਹਿੰਦੇ ਨੇ, ਹੇ ਪ੍ਰਭੂ ਇੱਕ ਪਲ ਵੀ ਇੱਕ ਖਿਨ ਵੀ ਤੇਰੀ ਇਬਾਦਤ ਤੋਂ ਬਗੈਰ ਰਹਿਣਾ ਬਹੁਤ ਔਖਾ, ਬਹੁਤ ਔਖਾ। ਫਿਰ ਮਿਲਣ ਕਿਸ ਤਰ੍ਹਾਂ ਹੋਵੇ? ਸਹਿਜ ਮਿਲੋ ਗੁਰਮੇਲ ਮਿਲਾਏ। ਇੱਕ ਐਸੀ ਅਵਸਥਾ ਜਿਸ ਨੂੰ ਕਹਿੰਦੇ ਹਨ ਸਹਿਜ ਦੀ ਅਵਸਥਾ, ਕਿਸੇ ਭਗਤ ਨੂੰ ਪੁੱਛ ਲਿਆ ਕਿ ਸਹਿਜ ਦੀ ਅਵਸਥਾ ਦੇ ਵਿੱਚ ਪਹੁੰਚਣਾ ਕਿਸ ਤਰ੍ਹਾਂ ਹੁੰਦਾ ਹੈ, ਮਰਨ ਤੋਂ ਬਾਅਦ ਜਾਂ ਜੀਂਦੇ ਜੀ? ਅਤੇ ਆਪ ਜੀ ਕਹਿਣ ਲੱਗੇ, ਧੰਨ ਕਬੀਰ ਸਾਹਿਬ ਜੀ, ਕਿ ਜਿਹੜੀ ਸਹਿਜ ਦੀ ਅਵਸਥਾ ਹੈ ਉਹ ਮਰਨ ਤੋਂ ਬਾਅਦ ਨਹੀਂ, ਜੀਂਦੇ ਜੀ, ਜੀਂਦੇ ਜੀ। ਜਰਾ ਸਾਨੂੰ ਵੀ ਕੁਝ ਦੱਸੋ ਕੀ ਕੁਝ ਹੈ ਇਸ ਅਵਸਥਾ ਦੇ ਵਿੱਚ। ਤਾਂ ਆਪ ਜੀ ਦੀ ਰਸਨਾ ਚੋਂ ਇਲਾਹੀ ਬੋਲ ਨਿਕਲੇ ਨੇ, ਸਹਿਜ ਕੀ ਅਖਤ ਕਥਾ ਹੈ ਨਿਰਾਰੀ। ਜਿਹੜੀ ਸਹਿਜ ਦੀ ਕਥਾ ਹੈ ਬਹੁਤ ਨਿਰਾਲੀ ਹੈ, ਬਹੁਤ ਨਿਰਾਲੀ। ਅਤੇ ਇਸਦੇ ਤਲ 'ਤੇ ਕੋਈ ਵੀ ਅਵਸਥਾ ਉੱਚੀ ਨਹੀਂ ਹੈ ਇਸਦੇ ਤਲ 'ਤੇ। ਜਰਾ ਹੋਰ ਵੀ ਦੱਸੋ ਕੀ ਕੁਝ ਹੈ ਇਸ ਅਵਸਥਾ ਦੇ ਵਿੱਚ। ਕਹਿਣ ਲੱਗੇ, ਇਸ ਅਵਸਥਾ ਦੇ ਵਿੱਚ ਦਿਨ ਦੇ ਜਿਹੜੇ ਚਮੇਲੇ ਨੇ, ਦੌੜ ਭੱਜ ਹੈ, ਤ੍ਰਿਸ਼ਨਾ, ਉਹ ਨਹੀਂ ਹੈ। ਅਤੇ ਇਸ ਅਵਸਥਾ ਦੇ ਵਿੱਚ ਰਾਤ ਦੀ ਗਫਲਤ ਨੀਂਦ ਵੀ ਨਹੀਂ ਹੈ, ਨੀਂਦ ਵੀ ਨਹੀਂ, ਕਿਉਂਕਿ ਜੀਵਨ ਦੇ ਵਿੱਚ ਜੋ ਗਫਲਤ ਹੈ ਉਹ ਬਹੁਤ ਡੂੰਘੀ ਨੀਂਦ ਹੈ, ਗਹਿਰੀ ਨੀਂਦ ਹੈ, ਅਤੇ ਮਨੁੱਖ ਉਹਦੇ ਵਿੱਚ ਸੌ ਜਾਂਦਾ ਹੈ ਔਰ ਪ੍ਰਭੂ ਨੂੰ ਭੁੱਲ ਗਿਆ। ਤਾਂ ਜੇ ਕਿਧਰੇ ਇਹ ਅਵਸਥਾ ਨਸੀਬ ਹੋ ਜਾਵੇ ਤਾਂ ਸਮਝ ਲੈਣਾ ਰੂਹੇ ਜ਼ਮੀਨ 'ਤੇ ਆਉਣਾ ਕਾਬਲੇ ਕਬੂਲ ਹੋ ਗਿਆ। ਹੁਣ ਸਾਹਿਬ ਦੇ ਬੋਲ ਦੇਖਣਾ, ਰਾਤੇ ਸਾਚ ਹਰ ਨਾਮ ਨਿਹਾਲਾ। ਮਨੁੱਖ ਉਦੋਂ ਨਿਹਾਲ ਹੁੰਦਾ ਹੈ ਜਦੋਂ ਸੱਚ ਦੇ ਨਾਲ ਇੱਕਮਿਕ ਹੋ ਜਾਵੇ, ਰਚ ਜਾਵੇ। ਪਰਮਾਤਮਾ ਕੀ ਹੈ? ਸੱਚ ਹੈ। ਜਗਤ ਕੀ ਹੈ? ਝੂਠ ਹੈ, ਨਾਸ਼ਵੰਤ ਹੈ। ਹੁਣ ਕਈ ਦਫ਼ਾ ਮੈਂ ਅਰਜ਼ ਕਰਨਾ, ਮਿਲਣਾ ਸੱਚ ਨੂੰ ਅਤੇ ਮਾਰਗ ਵੀ ਸੱਚ ਦਾ ਚਾਹੀਦਾ ਹੈ, ਸੱਚ ਦਾ। ਮਿਲਣਾ ਤਾਂ ਸੱਚ ਨੂੰ ਹੈ ਪਰ ਮਨੁੱਖ ਦਾ ਪਹਿਲਾ ਹੀ ਪੜਾਓ, ਪਹਿਲਾ ਹੀ ਕਦਮ ਜੇ ਝੂਠ ਦਾ ਹੋਵੇ ਤਾਂ ਗੁਸਤਾਖੀ ਮਾਫ, ਮਿਲਣ ਨਹੀਂ ਆਵੇਗਾ। ਕਿਉਂਕਿ ਅਕਸਰ ਮੇਲ ਹੁੰਦਾ ਹੈ ਸਜਾਤੀ ਦਾ, ਪਾਣੀ ਪਾਣੀ ਦਾ ਮੇਲ, ਦੁੱਧ ਦਾ ਦੁੱਧ ਦੇ ਨਾਲ ਮੇਲ, ਕਿਉਂਕਿ ਸਜਾਤੀ ਹੈ।
ਜੇਕਰ ਕੋਈ ਮਨੁੱਖ ਕਹਿ ਦੇਵੇ ਕਿ ਮੈਂ ਸ਼ਰਾਬ ਦੇ ਵਿੱਚ ਦੁੱਧ ਮਿਲਾਵਾਂ, ਵਿਜਾਤੀ ਵੇਲ। ਜੇਕਰ ਮਨੁੱਖ ਕਹਿ ਦੇਵੇ ਖੁਸ਼ਬੂ ਦੇ ਵਿੱਚ ਮੈਂ ਦੁਰਗੰਧ ਮਿਲਾਵਾਂ, ਵਿਜਾਤੀ ਵੇਲ। ਕਿਸ ਤਰ੍ਹਾਂ ਆਵੇ? ਨਹੀਂ ਆ ਸਕਦਾ। ਅਤੇ ਇਸੇ ਤਰ੍ਹਾਂ ਪਰਮਾਤਮਾ ਸੱਚ ਹੈ ਔਰ ਸੱਚ ਦੇ ਨਾਲ ਮੁਲਾਕਾਤ ਸੱਚ ਦੀ ਆਉਂਦੀ ਹੈ, ਝੂਠ ਦੀ ਨਹੀਂ ਆਉਂਦੀ। ਬਸ ਇਹੀ ਦੀਵਾਰ ਹੈ, ਹੋਰ ਕੋਈ ਦੀਵਾਰ ਨਹੀਂ। ਅਤੇ ਜਿਹੜਾ ਮਨੁੱਖ ਸੱਚ ਦੇ ਵਿੱਚ ਇਕਮਿਕ ਹੋ ਗਿਆ, ਐਸਾ ਮਨੁੱਖ ਨਿਹਾਲ ਨਿਹਾਲ। ਹੁਣ ਜੇਕਰ ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਆਨੰਦਪੁਰ ਸਾਹਿਬ ਦਾ ਕਿਲ੍ਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਡ ਦੇਣੇ, ਸਿੰਘ ਵੀ ਹਨ ਪਰ ਐਸੇ ਮਰਜੀਵੜੇ ਸਿੰਘ ਹਨ ਜੋ ਸੱਚ ਦੇ ਵਿੱਚ ਇਕਮਿਕ ਹੋ ਗਏ ਨੇ, ਇਕਮਿਕ। ਅਤੇ ਗੁਰੂ ਸਾਹਿਬ ਦੇ ਨਾਲ ਹੀ ਰਹਿਣਾ। ਸਰਦੀ ਦਾ ਮੌਸਮ ਹੈ ਅਤੇ ਸਰਸਾ ਨਦੀ ਵੀ ਉਫਾਨ 'ਤੇ ਮੁਗਲੀਆ ਸਲਤਨਤ ਨੇ ਘੇਰਾ ਪਾਇਆ ਹੋਇਆ। ਅਤੇ ਜਦੋਂ ਇਹਨਾਂ ਨੂੰ ਖਬਰ ਮਿਲੀ ਮੁਗਲੀਆ ਸਲਤਨਤ ਨੂੰ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲ੍ਹਾ ਛੱਡ ਦਿੱਤਾ, ਬਾਹਰ ਆ ਗਏ ਨੇ, ਹੁਣ ਮੌਕਾ ਹੈ, ਤਾਵਾ ਬੋਲ ਦਿੱਤਾ। ਇਸ ਜੰਗ ਦੇ ਵਿੱਚ ਜੋ ਕਿ ਸਰਸਾ ਨਦੀ ਦੇ ਕੰਢੇ ਹੋ ਰਹੀ ਹੈ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨਿਨ ਯੋਧੇ ਸ਼ੂਰਵੀਰ ਭਾਈ ਉਦੈ ਸਿੰਘ ਜੀ ਟਾਕਰਾ ਪਈ ਕਰਦੇ ਨੇ। ਇਹ ਭਾਈ ਉਦੈ ਸਿੰਘ ਕੌਣ ਹੈ? ਭਾਈ ਬਚਿੱਤਰ ਸਿੰਘ ਜੀ ਦਾ ਭਰਾ ਔਰ ਇਹ ਦੋਵੇਂ ਪੁੱਤਰ ਹਨ ਭਾਈ ਮਨੀ ਸਿੰਘ ਦੇ। ਔਰ ਭਾਈ ਮਨੀ ਸਿੰਘ ਜੀ ਦਾਮਾਦ ਹਨ ਬਾਬਾ ਲੱਖੀ ਸ਼ਵਨ ਜਾਰੇ ਦੇ। ਇਤਨੀ ਸ਼ੂਰਵੀਰਤਾ, ਹਾਂ ਇਤਨੀ ਸ਼ੂਰਵੀਰਤਾ। ਅਤੇ ਭਾਈ ਉਦੇ ਸਿੰਘ ਜਦੋਂ ਸ਼ਹਾਦਤ ਪਾ ਗਏ ਅਤੇ ਉਸਦੀ ਥਾਂ 'ਤੇ ਆਉਂਦੇ ਨੇ ਭਾਈ ਜੀਵਨ ਸਿੰਘ ਜੀ। ਇਹ ਭਾਈ ਜੀਵਨ ਸਿੰਘ ਜੀ ਉਹ ਹਨ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਸੀ। ਅਤੇ ਆਪ ਜੀ ਵੀ ਮੁਗਲਾਂ ਦੇ ਨਾਲ ਟਾਕਰਾ ਪਈ ਕਰਦੇ ਨੇ। ਜਦੋਂ ਆਪ ਜੀ ਨੇ ਵੇਖਿਆ ਕਿ ਬਾਬਾ ਅਜੀਤ ਸਿੰਘ ਨੂੰ ਵੀ ਘੇਰ ਲਿਆ ਅਤੇ ਫਿਰ ਆਪ ਜੀ ਉਸ ਤਰਫ ਮੁੜਦੇ ਨੇ ਅਤੇ ਉਸ ਤਰਫ ਫਿਰ ਮੈਦਾਨੇ ਜੰਗ ਦੇ ਵਿੱਚ ਆਪ ਜੀ ਹਿੱਸਾ ਲੈਂਦੇ ਨੇ ਅਤੇ ਉੱਥੇ ਭਾਈ ਜੀਵਨ ਸਿੰਘ ਵੀ ਰੂਹੇ ਜ਼ਮੀਂ ਤੋਂ ਰੁਖਸਤ ਕਰ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਰਾਤ ਦਾ ਸਮਾਂ ਹੈ, ਸਰਦੀ ਦਾ ਮੌਸਮ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਤਰਫ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਗੁਰੂ ਕੇ ਸਿੱਖ ਅਨਿਨ ਭਗਤ ਅਤੇ ਗੁਰੂ ਕੇ ਪੰਜ ਪਿਆਰੇ। ਦੂਜੀ ਤਰਫ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਨਾਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਆਪ ਜੀ ਦਿੱਲੀ ਆ ਜਾਂਦੇ ਨੇ। ਅਤੇ ਪਰਿਵਾਰ ਦਾ ਜਿਹੜਾ ਤੀਜਾ ਹਿੱਸਾ ਉਹਦੇ ਵਿੱਚ ਧੰਨ ਮਾਤਾ ਗੁਜਰੀ ਅਤੇ ਆਪ ਜੀ ਦੇ ਸਾਹਿਬਜ਼ਾਦੇ ਛੋਟੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਅਤੇ ਮਾਤਾ ਗੁਜਰੀ ਨੂੰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਫਿਰ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਲੈ ਜਾਂਦੇ। ਜਦੋਂ ਸਰਸਾ ਨਦੀ ਪਾਰ ਕੀਤੀ ਹੈ ਅਤੇ ਮੁਗਲਾਂ ਦੇ ਨਾਲ ਜਿਹੜਾ ਟਾਕਰਾ ਹੋ ਰਿਹਾ ਹੈ ਅਤੇ ਉੱਥੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਬੜੇ ਸ਼ੂਰਵੀਰਤਾ ਦੇ ਨਾਲ ਜੋਹਰ ਵਿਖਾ ਰਹੇ ਨੇ। ਅਤੇ ਜਦੋਂ ਬਾਬਾ ਅਜੀਤ ਸਿੰਘ ਨੇ ਵੇਖਿਆ ਕਿ ਭਾਈ ਬਚਿੱਤਰ ਸਿੰਘ ਜੀ ਵੀ ਮੁਗਲਾਂ ਦੇ ਨਾਲ ਵੈਰੀਆਂ ਦੇ ਨਾਲ ਗਿਰ ਗਏ ਨੇ ਅਤੇ ਆਪ ਜੀ ਨੇ ਉਸ ਜੰਗ ਦੇ ਵਿੱਚ ਫਿਰ ਹਿੱਸਾ ਲੈ ਕੇ
ਭਾਈ ਸਾਹਿਬ ਜੀ ਨੂੰ ਫੱਟੜ ਅਵਸਥਾ ਦੇ ਵਿੱਚ ਲੈ ਕੇ ਆਏ ਨੇ। ਕਿੱਥੇ? ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠਹਿਰੇ ਹੋਏ ਨੇ, ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿੱਚ ਉੱਥੇ ਠਹਿਰੇ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਕੀ ਸਿੱਖ ਵੀ। ਜਦੋਂ ਭਾਈ ਬਚਿੱਤਰ ਸਿੰਘ ਜੀ ਉੱਥੇ ਪਹੁੰਚੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵਚਨ ਕੀਤਾ ਕੋਟਲਾ ਨਿਹੰਗ ਖਾਨ ਨੂੰ ਕਿ ਇਸ ਦੀ ਪਰਵਰਿਸ਼ ਕਰਨੀ, ਇਸ ਦੀ ਰਖਵਾਲੀ ਆਪ ਜੀ ਨੇ ਕਰਨੀ। ਅਤੇ ਆਪ ਜੀ ਅੱਜ ਦੀ ਰਾਤ ਹੀ ਕੋਟਲਾ ਨਿਹੰਗ ਖਾਨ ਦੇ ਘਰੋਂ ਨਿਕਲੇ ਨੇ, ਕਿਉਂਕਿ ਜਦੋਂ ਉੱਥੇ ਅਰਜ ਕੀਤੀ ਹੈ ਭਾਈ ਬੁਧੀ ਚੰਦ ਜੀ ਨੇ ਮਹਾਰਾਜ, ਕਿਉਂਕਿ ਹਰ ਤਰਫ ਮੁਗਲੀਆ ਫੌਜ ਫੈਲੀ ਹੋਈ ਹੈ ਹਰ ਤਰਫ, ਅਤੇ ਠੀਕ ਹੋਵੇਗਾ ਦਾਸ ਦੀ ਹਵੇਲੀ ਹੈ, ਆਪ ਜੀ ਉੱਥੇ ਠਹਿਰੋ। ਹੁਣ ਕਈ ਦਫ਼ਾ ਖਿਆਲ ਆਉਂਦਾ ਹੈ ਕਿ ਐਸੇ ਵੀ ਗੁਰੂ ਦੇ ਸੇਵਕ ਅਨਿੰਦ ਸਿੰਘ ਭਗਤ ਜਿਨ੍ਹਾਂ ਨੂੰ ਖਬਰ ਹੈ ਕਿ ਇਸ ਯੁੱਧ ਦਾ ਖਾਮਿਆਨਾ ਮੈਨੂੰ ਵੀ ਭੁਗਤਣਾ ਪਏਗਾ। ਬੁਧੀ ਚੰਦ ਨੇ ਸੋਚਿਆ, ਕਿਉਂਕਿ ਹਰ ਤਰਫ ਮੁਗਲ ਹੀ ਮੁਗਲ ਨੇ, ਵੈਰੀ ਹੀ ਵੈਰੀ ਨੇ, ਪਰ ਫਿਰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਜ ਕਰਦੇ ਪਏ ਨੇ ਇਸ ਹਵੇਲੀ ਵਿੱਚ ਆਪ ਜੀ ਨਿਵਾਸ ਕਰੋ। ਅਤੇ ਆਪ ਜੀ ਉਸ ਹਵੇਲੀ ਵਿੱਚ ਪਹੁੰਚਦੇ ਨੇ, ਅਤੇ 22 ਤਰੀਕ ਨੂੰ ਪੂਰੇ ਦਿਨ ਜੰਗ ਚੱਲਦੀ ਹੈ। ਕਿਸੇ ਨੇ ਖਬਰ ਦਿੱਤੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਿਹੰਗ ਖਾਨ ਦੇ ਘਰ ਠਹਿਰੇ ਹੋਏ ਨੇ, ਇੱਥੇ ਗੇਰਾ ਪਾ ਲਓ। ਗੇਰਾ ਪੈ ਜਾਂਦਾ ਅਤੇ ਜਦੋਂ ਤਲਾਸ਼ੀ ਲੈਂਦੇ ਨੇ, ਅਤੇ ਤਲਾਸ਼ੀ ਲੈਂਦੀਆਂ ਲੈਂਦੀਆਂ ਇੱਕ ਛੋਟਾ ਜਿਹਾ ਕਮਰਾ ਬਾਕੀ ਬਚ ਜਾਂਦਾ ਹੈ। ਅਤੇ ਨਿਹੰਗ ਖਾਨ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਮੁਮਤਾਜ ਅਤੇ ਮੇਰਾ ਦਾਮਾਵਤ, ਇਹ ਦੋਵੇਂ ਨੇ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਦਰਵਾਜ਼ਾ ਖੋਲ੍ਹਾਂ। ਅਤੇ ਮੁਗਲੀਆ ਫੌਜੀ ਕਹਿੰਦੇ ਨੇ, ਨਹੀਂ, ਅਸੀਂ ਮਾਫ਼ੀ ਮੰਗਦੇ ਹਾਂ, ਜੇ ਇੱਥੇ ਆਪ ਜੀ ਦੀ ਬੇਟੀ ਮੁਮਤਾਜ ਠਹਿਰੀ ਹੋਈ ਹੈ ਅਤੇ ਉਸਦਾ ਘਰਵਾਲਾ ਪਤੀ ਠਹਿਰਿਆ ਹੋਇਆ, ਫਿਰ ਅਸੀਂ ਨਹੀਂ ਖੋਲ੍ਹਣਾ, ਚਲੇ ਗਏ। ਹੁਣ ਦੇਖਣਾ, ਮੁਮਤਾਜ ਨੇ ਜਦੋਂ ਇਹ ਗੱਲ ਸੁਣੀ ਆਪਣੇ ਪਿਤਾ ਦੀ ਰਸਨਾ 'ਚੋਂ ਕਿ ਇਸ ਕਮਰੇ ਦੇ ਵਿੱਚ ਮੇਰੀ ਬੱਚੀ ਅਤੇ ਮੇਰਾ ਦਾਮਾਦ ਹੈ, ਅਤੇ ਮੁਮਤਾਜ ਆਪਣੇ ਪਿਤਾ ਨੂੰ ਕੀ ਕਹਿੰਦੀ ਹੈ, ਕਹਿੰਦੀ ਹੈ, ਹੇ ਗੁਰਦੇਵ ਪਿਤਾ, ਹੁਣ ਜੇ ਆਪ ਜੀ ਨੇ ਆਪਣੀ ਰਸਨਾ ਦੇ ਨਾਲ ਕਹਿ ਦਿੱਤਾ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਹੈ ਔਰ ਮੇਰਾ ਦਾਮਾਦ ਹੈ, ਤਾਂ ਸਮਝ ਲੈਣਾ ਹੁਣ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਨਾ ਹੈ, ਸਾਰੀ ਜ਼ਿੰਦਗੀ ਬਸ ਸਭ ਕੁਛ ਮੇਰਾ ਪ੍ਰਭੂ ਹੈ, ਨਿਰੰਕਾਰ ਹੈ, ਉਸਦੀ ਮੌਤ ਵਿੱਚ ਰਹਿਣਾ। ਭਾਈ ਬਚਿੱਤਰ ਸਿੰਘ ਦੀ ਉੱਥੇ ਮੌਤ ਹੋ ਜਾਂਦੀ ਹੈ ਅਤੇ ਮੁਮਤਾਜ ਨੇ ਸਾਰਾ ਜੀਵਨ ਬੰਦਗੀ ਦੇ ਵਿੱਚ ਬਤੀਤ ਕੀਤਾ ਹੈ, ਬੰਦਗੀ ਦੇ ਵਿੱਚ। ਇੱਥੇ ਮੈਂ ਇੱਕ ਥੋੜ੍ਹਾ ਜਿਹਾ ਜ਼ਿਕਰ ਕਰਾਂਗਾ ਆਪ ਜੀ ਦੀ ਜਾਣਕਾਰੀ ਵਾਸਤੇ, ਫਿਰ ਸ਼ਬਦ ਬੁਲਾਉਂਦਾ। ਹਕੀਮ ਅੱਲਾ ਯਾਰ ਖਾਂ ਜੋਗੀ ਬਹੁਤ ਕੁਛ ਲਿਖਦੇ ਨੇ ਅਤੇ ਸਮਾਂ ਦੇ ਮੁਤਾਬਿਕ ਵਿਦਵਾਨ ਪੁਰਸ਼ਾਂ ਨੇ ਆਪ ਜੀ ਦੇ ਸਾਹਮਣੇ ਖਿਆਲ ਰੱਖਣੇ ਨੇ। ਅੱਲਾ ਯਾਰ ਖਾਂ ਜੋਗੀ ਕੀ ਕਹਿੰਦਾ ਹੈ, ਕਹਿੰਦਾ ਹੈ ਮੈਂ ਮੁਸਲਮਾਨ ਹਾਂ, ਪਰ ਇੱਕ ਗੱਲ ਮੈਂ ਦਾਅਵੇ ਦੇ ਨਾਲ ਕਹਿੰਦਾ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ, ਵੋ ਕਮ ਹੈ, ਵੋ ਕਮ ਹੈ, ਜਿਤਨੀ ਵੀ ਹੋ ਤਾਰੀਫ। 19ਵੀਂ ਸਦੀ ਦੇ ਅਖੀਰ ਵਿੱਚ ਆਪ ਜੀ ਦਾ ਜਨਮ ਹੋਇਆ ਸੀ, ਅੱਲਾ ਯਾਰ ਖਾਂ ਜੋਗੀ ਦਾ। ਅਤੇ ਇਸਲਾਮ ਧਰਮ ਨੇ ਫਿਰ ਕਹਿ ਦਿੱਤਾ ਕਿ ਅੱਲਾ ਯਾਰ ਖਾਂ ਜੋਗੀ ਤੂੰ ਖੁਦਾ ਦੇ ਅਤੇ ਮੰਮਨ ਸਾਹਿਬ ਦੇ ਹੁਕਮ ਦੀ ਅਦੋਲੀ ਕੀਤੀ ਹੈ। ਉਹ ਕਿਸ ਤਰ੍ਹਾਂ?
ਕਿਉਂਕਿ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਥਮ ਮੰਗਲਾਚਰਨ ਹੈ, ਮੂਲ ਮੰਤਰ ਹੈ, ਅਤੇ ਉਸੇ ਤਰ੍ਹਾਂ ਕੁਰਾਨ ਮਜੀਦ ਦੇ ਵਿੱਚ ਜੋ ਪਹਿਲੀ ਹੀ ਆਇਤ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ, ਲਾ ਇਲਾਹ ਅੱਲਾਹ ਮੁਹੰਮਦ ਰਸੂਲ ਅੱਲਾਹ। ਬਾਓ ਇੱਕ ਖੁਦਾ ਦੀ ਇਬਾਦਤ, ਫਿਰ ਮੁਹੰਮਦ ਸਾਹਿਬ ਦੀ ਇਬਾਦਤ ਬਾਕੀ ਨਹੀਂ। ਅਤੇ ਆਪ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕੀਤੀ ਹੈ। ਇੱਕ ਦਫਾ ਆਪ ਜੀ ਕਹਿ ਦੇਵੋ ਮੈਂ ਸਿਫਤ ਠੀਕ ਨਹੀਂ ਕੀਤੀ ਹੈ ਤਾਂ ਤੈਨੂੰ ਬਖਸ਼ਾਂਗੇ, ਨਹੀਂ ਤਾਂ ਮਜ਼ਹਬ ਤੋਂ ਤੈਨੂੰ ਬਾਹਰ ਕੱਢਣੇ ਆ। ਅੱਲਾ ਯਾਰ ਖਾਂ ਜੋਗੀ ਕਹਿੰਦਾ ਠੀਕ ਹੈ ਆਪ ਜੀ ਦੀ ਮਰਜ਼ੀ, ਪਰ ਮੈਂ ਜਿਤਨੀ ਤਾਰੀਫ ਕੀਤੀ ਮੈਂ ਹਕੀਕਤ ਕਿਹਾ ਹੈ ਹਕੀਕਤ, ਕਿਉਂਕਿ ਜਿਤਨੀ ਤਾਰੀਫ ਕੀਤੀ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਤਨੀ ਥੋੜ੍ਹੀ ਹੈ, ਉਤਨੀ ਥੋੜ੍ਹੀ। ਪਿਤਾ ਦੀ ਸ਼ਹਾਦਤ, ਪੁੱਤਰਾਂ ਦੀ ਸ਼ਹਾਦਤ, ਅਨਿੰਨ ਸਿੱਖਾਂ ਦੀ ਸ਼ਹਾਦਤ। ਕਹਿੰਦੇ ਨੇ ਕੁਛ ਮਨੁੱਖ ਐਸੇ ਹੁੰਦੇ ਨੇ ਜਿਹੜੇ ਧਨ ਦੇ ਦਾਨੀ ਹੁੰਦੇ ਨੇ, ਧਨ ਦਾਨ ਕੀਤਾ। ਕੁਝ ਐਸੇ ਵੀ ਨੇ ਜੋ ਕੱਪੜੇ ਦੇ ਦਾਨੀ ਨੇ, ਕੱਪੜਾ ਦਾਨ ਕਰਦੇ ਨੇ, ਸਰਦੀ ਦਾ ਮੌਸਮ ਹੈ ਕੱਪੜਾ ਦਾਨ ਕਰੀ। ਕੁਝ ਐਸੇ ਵੀ ਨੇ ਜਿਹੜੇ ਗਿਆਨ ਵੰਡਦੇ ਨੇ, ਗਿਆਨ ਦਾ ਦਾਨ ਕਰਦੇ ਨੇ। ਕੁਛ ਐਸੇ ਵੀ ਨੇ ਜਿਹੜੇ ਕਿ ਆਪਣੇ ਆਪ ਨੂੰ ਵੀ ਦਾਨ ਕਰ ਦਿੰਦੇ ਨੇ ਆਪਣੇ ਆਪ। ਪਰ ਇਸ ਰੂਹੇ ਜ਼ਮੀਨ 'ਤੇ ਇਤਿਹਾਸ ਨੂੰ ਖੋਲ੍ਹ ਕੇ ਦੇਖ ਲਵੋ, ਅੱਜ ਤੱਕ ਵੀ ਐਸਾ ਕੋਈ ਪੁਰਸ਼ ਨਹੀਂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਕਿ ਜਿਹੜਾ ਪਿਤਾ ਦਾ ਦਾਨੀ, ਪੁੱਤਰਾਂ ਦਾ ਦਾਨੀ, ਸਿੱਖਾਂ ਦਾ ਦਾਨੀ, ਸਰਬੰਸ ਦਾਨੀ, ਸਰਬੰਸ ਦਾਨੀ। ਐਸੇ ਗੁਰੂ ਕੋ ਬਲ ਬਲ ਜਾਈ, ਬਲ ਬਲ ਸਰਬੰਸ ਦਾਨੀ, ਸਰਬੰਸ। ਮੈਂ ਫਿਰ ਅਰਜ ਕਰਾਂ, ਇਤਿਹਾਸ ਦੇ ਵਿੱਚ ਇੱਕ ਵੀ ਐਸਾ ਕੋਈ ਪੁਰਸ਼ ਨਹੀਂ ਜਿਹੜਾ ਸਰਬੰਸ ਦਾਨੀ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ, ਇੱਕ ਵੀ ਨਹੀਂ। ਤੋ ਅੱਲਾ ਯਾਰ ਖਾਂ ਜੋਗੀ ਨੂੰ ਜਦੋਂ ਕਿਹਾ ਕਿ ਜੇਕਰ ਤੈਨੂੰ ਸਾਡਾ ਮਜ਼ਹਬ ਨਹੀਂ ਬਖਸ਼ੇਗਾ ਤਾਂ ਫਿਰ ਤੈਨੂੰ ਅੱਲਾ ਵੀ ਨਹੀਂ ਬਖਸ਼ੇਗਾ, ਮੁਹੰਮਦ ਸਾਹਿਬ ਵੀ ਨਹੀਂ ਬਖਸ਼ੇਗਾ, ਤੈਨੂੰ ਅਸੀਂ ਆਪਣੇ ਮਜ਼ਹਬ ਤੋਂ ਬਾਹਰ ਕੱਢਿਆ। ਕਹਿੰਦੇ ਨੇ ਜਦੋਂ ਅੱਲਾ ਯਾਰ ਖਾਂ ਜੋਗੀ ਬਿਮਾਰ ਹੋਇਆ ਕਿ ਹੁਣ ਤਾਂ ਇਹ ਰੁਖਸਤ ਕਰਨ ਵਾਲਾ, ਇੱਕ ਦਫ਼ਾ ਹੋਰ ਪੁੱਛ ਲਈਏ। ਜਦੋਂ ਉਸ ਨੂੰ ਪੁੱਛਦੇ ਨੇ ਕਿ ਹੁਣ ਵੀ ਤੂੰ ਕਹਿ ਦੇ ਕਿ ਮੈਂ ਜਿਹੜੀ ਨਜ਼ਮ ਲਿਖੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਉਸ ਸਲਾਹ ਵਿੱਚ, ਜਾਂ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ, ਚਮਕੌਰ ਦਾ ਸਾਕਾ ਜਾਂ ਫਿਰ ਸਾਕਾ ਸਰਹੰਦ, ਉਹਨਾਂ ਦੇ ਬਾਰੇ ਮੈਂ ਜੋ ਕੁਛ ਵੀ ਲਿਖਿਆ ਹੈ ਮੈਂ ਬਿਲਕੁਲ ਠੀਕ ਲਿਖਿਆ ਹੈ। ਕਹਿਣ ਲੱਗੇ ਚੰਗਾ, ਫਿਰ ਤੈਨੂੰ ਖੁਦਾ ਨਹੀਂ ਬਖਸ਼ੇਗਾ, ਹੁਣ ਦੇਖਣਾ ਅੱਲਾ ਯਾਰ ਖਾਂ ਜੋਗੀ ਕੀ ਕਹਿੰਦਾ ਹੈ। ਕਹਿੰਦਾ ਮੈਨੂੰ ਖਬਰ ਹੈ ਕਿ ਬੇਸ਼ੱਕ ਆਪ ਜੀ ਨੇ ਮੈਨੂੰ ਆਪਣੇ ਮਜ਼ਹਬ ਤੋਂ ਕੱਢ ਦਿੱਤਾ ਹੈ, ਪਰ ਜਦੋਂ ਮੈਂ ਇਸ ਰੂਹੇ ਸਮੇਂ ਤੋਂ ਰੁਖਸਤ ਕਰਾਂਗਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਖੜ੍ਹੇ ਹੋਣਗੇ ਮੈਨੂੰ ਪਿਆਰ ਦੇਣ ਵਾਸਤੇ, ਉੱਥੇ ਖੜ੍ਹੇ ਹੋਣਗੇ, ਅਤੇ ਮੈਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੈ, ਫਿਕਰ ਹੀ ਨਹੀਂ ਹੈ। ਐਸੇ ਮਨੁੱਖ ਸੱਚ ਦੇ ਵਿੱਚ ਰੰਗੇ ਹੋਏ ਨੇ, ਨਿਹਾਲ ਹੋ ਗਏ। ਕਿਉਂ ਨਾ ਅਸੀਂ ਵੀ ਅਰਜ਼ ਕਰੀਏ, ਦਇਆ ਕਰੋ ਪ੍ਰਭ ਦੀਨ ਦਇਆਲਾ, ਹੇ ਪ੍ਰਭੂ ਸਾਡੇ 'ਤੇ ਵੀ ਦਇਆ ਕਰ, ਸਾਡੇ 'ਤੇ ਵੀ ਕਿਰਪਾ ਕਰ, ਕਿਉਂਕਿ ਤੇਰੇ ਤੋਂ ਬਗੈਰ ਸਾਡਾ ਕੋਈ ਵੀ ਨਹੀਂ ਹੈ, ਕੋਈ ਨਹੀਂ। ਜਿਹੜੇ ਮਨੁੱਖ ਕਹਿੰਦੇ ਨੇ ਕਿ ਪੁੱਤਰਾਂ ਦਾ ਸਹਾਰਾ ਹੈ, ਮਿੱਤਰਾਂ ਦਾ ਸਹਾਰਾ ਹੈ, ਧਾਰਮਿਕ ਗ੍ਰੰਥ ਕਹਿੰਦੇ ਨੇ ਇਹ ਪੁਰਖਾ ਤੂੰ ਖੁਦ ਵੀ ਆਪਣਾ ਨਹੀਂ ਹੈ, ਪੁੱਤਰ ਕਿੱਥੋਂ ਨੇ ਤੇਰੇ, ਮਿੱਤਰ ਕਿੱਥੋਂ ਨੇ ਤੇਰੇ। ਠੀਕ ਹੋਵੇਗਾ ਗੁਰੂ ਨੂੰ ਆਪਣਾ ਸੰਗੀ ਬਣਾ, ਗੁਰੂ ਨੂੰ ਆਪਣਾ ਸਹਾਰਾ ਬਣਾ ਲੈ। ਔਰ ਇਹ ਸਾਰਾ ਐਸਾ ਹੈ ਜਿਹੜਾ ਕਦੇ ਵਿਛੋੜੇ ਦੇ ਵਿੱਚ ਤਬਦੀਲ ਨਹੀਂ ਹੁੰਦਾ, ਬਾਕੀ ਸਾਰੇ ਸਾਰੇ ਵਿਛੋੜੇ 'ਤੇ ਖੜ੍ਹੇ ਨੇ, ਵਿਛੋੜੇ 'ਤੇ। ਜਾਂ ਜਿਉਂਦੇ ਜੀ ਵਿਛੁੜ ਗਏ, ਜਾਂ ਫਿਰ ਜਦੋਂ ਅਸੀਂ ਖੁਦ ਹੀ ਇਸ ਰੂਹੇ ਜ਼ਮੀਨ ਤੋਂ ਰੁਖਸਤ ਕਰ ਗਏ ਤਾਂ ਵਿਛੋੜਾ ਤਾਂ ਆਉਣਾ ਹੀ ਆਉਣਾ ਹੈ।
ਪਰ ਗੁਰੂ ਹੀ ਇੱਕ ਐਸਾ ਸੰਗੀ ਹੈ, ਐਸਾ ਸਾਥੀ ਹੈ ਜੋ ਇੱਥੇ ਵੀ ਸਾਡੇ ਨਾਲ ਹੈ, ਦਰਗਾਹ ਦੇ ਵਿੱਚ ਵੀ ਸਾਡੇ ਨਾਲ ਹੈ, ਐਸਾ ਗੁਰੂ। ਤੂੰ ਇਹ ਅਰਦਾਸ ਕਰ, ਤਿਸ ਦਿਨ ਅਵਰ ਨਹੀਂ ਮੈਂ ਕੋਏ, ਜੋ ਭਾਵੇ ਤਿਉਂ ਰੱਖੇ ਸੋਏ। ਕਿਉਂਕਿ ਉਹ ਮਾਲਿਕ ਹੈ, ਜਿਵੇਂ ਉਹਦੀ ਮਰਜ਼ੀ ਹੈ ਉਸੇ ਦੇ ਮੁਤਾਬਿਕ ਮਨੁੱਖ ਨੂੰ ਰੱਖਣਾ, ਪਰ ਤੂੰ ਉਸ 'ਤੇ ਸਾਰੇ ਨੂੰ ਨਹੀਂ ਛੱਡਣਾ, ਪੱਲਾ ਨਹੀਂ ਛੱਡਣਾ। ਅਗਾਂਹ ਚੱਲ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜੋ ਮਨ ਹੈ, ਵਿਚਾਰਾਂ ਦਾ ਸਮੂਹ ਹੈ, ਵਿਚਾਰ, ਮਨ ਕੋਈ ਹੋਰ ਇੰਸਟਰੂਮੈਂਟ ਨਹੀਂ ਹੈ। ਮਨ ਵਿਚਾਰਾਂ ਦਾ ਸਮੂਹ ਹੈ। ਔਰ ਇੱਕ ਮੈਂ ਹੋਰ ਅਰਜ ਕਰਾਂ ਕਿ ਸਾਗਰ ਦੇ ਵਿੱਚ ਅਨੰਤ ਅਨੰਤ ਲਹਿਰਾਂ ਨੇ, ਅਨੰਤ ਅਨੰਤ ਲਹਿਰਾਂ, ਇੱਕ ਲਹਿਰ ਆ ਰਹੀ ਹੈ, ਦੂਜੀ ਪਿੱਛੇ ਫਿਰ ਹੋਰ ਆ ਰਹੀ ਹੈ, ਪਿੱਛੇ ਹੋਰ ਆ ਰਹੀ ਹੈ, ਔਰ ਅਨੰਤ ਅਨੰਤ ਲਹਿਰਾਂ। ਹੂਬ ਹੂ ਮਨੁੱਖ ਦਾ ਮਨ ਵੀ ਇਸੇ ਤਰ੍ਹਾਂ ਦਾ ਹੈ, ਅਨੰਤ ਅਨੰਤ ਵਿਚਾਰ, ਇੱਕ ਵਿਚਾਰ ਚੱਲ ਰਿਹਾ ਹੈ, ਪਿੱਛੇ ਦੂਜਾ ਆ ਰਿਹਾ ਹੈ, ਫਿਰ ਤੀਜਾ ਆ ਰਿਹਾ ਹੈ, ਫਿਰ ਚੌਥਾ ਆ ਰਿਹਾ ਹੈ, ਔਰ ਵਿਚਾਰਾਂ ਦੇ ਵਿੱਚ ਹੀ ਮਨੁੱਖ ਡੁੱਬਿਆ ਰਹਿੰਦਾ ਹੈ। ਗੁਸਤਾਖੀ ਬੈਠਾ ਸੰਗਤ ਵਿੱਚ ਹੈ ਪਰ ਖੋਇਆ ਵਿਚਾਰਾਂ ਦੇ ਵਿੱਚ ਹੈ, ਰਸਨਾ ਤੇ ਨਾਮ ਸਿਮਰਨ ਚੱਲ ਰਿਹਾ ਹੈ ਪਰ ਖੋਇਆ ਵਿਚਾਰਾਂ ਦੇ ਵਿੱਚ ਹੈ। ਔਰ ਇਸੇ ਤਰ੍ਹਾਂ ਮਨੁੱਖ ਨਾਮ ਸਿਮਰਨ ਪਈ ਕਰਦਾ ਹੈ, ਪਾਠ ਪਈ ਕਰਦਾ ਹੈ, ਵਿਚਾਰ ਚੱਲ ਰਹੇ ਨੇ ਵੱਖ ਵੱਖ ਕਿਸਮ ਦੇ, ਮਨ ਕਿੱਥੇ ਭਟਕ ਰਿਹਾ। ਠੀਕ ਹੋਵੇਗਾ ਕਿ ਮਨ ਵੀ ਇਕਾਗਰ ਹੋਵੇ। ਜਿੱਥੇ ਤੂੰ ਤਨ ਕਰਕੇ ਬੈਠਾ ਹੈ ਉੱਥੇ ਮਨ ਕਰਕੇ ਵੀ ਬੈਠ ਕੁਛ ਘੜੀ। ਔਰ ਜਦੋਂ ਮਨੁੱਖ ਤਨ ਕਰਕੇ ਬੈਠਾ ਹੈ, ਮਨ ਕਰਕੇ ਬੈਠਾ ਹੈ, ਤਾਂ ਸਮਝ ਲੈਣਾ ਬਸ ਉੱਥੇ ਹੀ ਆਨੰਦ ਵਰਤ ਰਿਹਾ ਹੈ, ਉੱਥੇ ਹੀ ਆਨੰਦ, ਲਿਵਿੰਗ ਇਨ ਦਾ ਪ੍ਰੈਜੈਂਟ। ਬਸ ਧਰਮ ਦੀ ਸਾਰੀ ਸਾਧਨਾ ਜਗਤ ਦੇ ਸਾਹਮਣੇ ਇਹੀ ਉਪਦੇਸ਼ ਕਰਦੀ ਹੈ ਕਿ ਬੀਤੇ ਹੋਏ ਸਮੇਂ ਦੇ ਵਿੱਚ ਨਾ ਜੀਣਾ ਅਤੇ ਆਉਣ ਵਾਲੇ ਸਮੇਂ ਦੀ ਵੀ ਚਿੰਤਾ ਨਾ ਕਰਨਾ, ਕਿਉਂਕਿ ਪ੍ਰਭੂ ਦੀ ਭਗਤੀ ਤਾਂ ਪ੍ਰਜੈਂਟ ਦੀ ਹੈ, ਵਰਤਮਾਨ ਦੀ ਹੈ, ਵਰਤਮਾਨ ਵਿੱਚ ਜੀਣਾ ਹੈ। ਪਰ ਜਿਹੜਾ ਮਨ ਹੈ, ਸਾਹਿਬ ਕਹਿੰਦੇ ਨੇ ਇਹ ਮਨ ਲੋਭੀ ਲੋਭ ਲੁਭਾਉਣਾ, ਲੋਭ ਹੋਰ ਚਾਹੀਦਾ ਹੈ, ਹੋਰ ਚਾਹੀਦਾ, ਜਿਤਨਾ ਵੀ ਹੈ ਇਹ ਬਹੁਤ ਥੋੜ੍ਹਾ ਹੈ, ਬਹੁਤ ਥੋੜ੍ਹਾ ਹੈ। ਅਤੇ ਉਸੇ ਦੀ ਪੂਰਤੀ ਕਰਦੀਆਂ ਕਰਦੀਆਂ ਮਨੁੱਖ ਦਾ ਜੀਵਨ ਸਫ਼ਰ ਖਤਮ ਹੋ ਜਾਂਦਾ ਹੈ, ਪਰ ਲੋਭ ਨਹੀਂ ਖਤਮ ਹੁੰਦਾ। ਅਤੇ ਇਸ ਲੋਭ ਦੇ ਵਿੱਚ ਮਨੁੱਖ ਕੀ ਕੁਝ ਕਰਦਾ ਹੈ, ਇਹ ਵੀ ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇ ਕੇ ਆਪ ਜੀ ਦੇ ਸਾਹਮਣੇ ਗੱਲ ਸਪਸ਼ਟ ਕਰਾਂ। ਕਿਸੇ ਵਿਦਵਾਨ ਪੁਰਸ਼ ਨੂੰ ਪੁੱਛ ਲਿਆ ਕਿ ਪਾਪ ਤਾਂ ਬਹੁਤ ਨੇ, ਬਹੁਤ ਪਾਪ ਨੇ, ਇਹਨਾਂ ਦੇ ਵਿੱਚ ਕੋਈ ਸਿਰਮੌਰ ਪਾਪ ਕਿਹੜਾ ਹੈ? ਜੇਕਰ ਸਾਰੇ ਪਾਪ ਸਾਹਮਣੇ ਰੱਖੇ ਜਾਣ ਔਰ ਕਿਹਾ ਜਾਵੇ ਸਿਰਮੌਰ ਪਾਪ ਕਿਹੜਾ ਹੈ, ਤਾਂ ਤੁਸੀਂ ਦੱਸੋ। ਅਤੇ ਉਹ ਵਿਦਵਾਨ ਕਹਿੰਦਾ ਹੈ, ਮੈਂ ਤਾਲੀਮ ਤਾਂ ਬਹੁਤ ਹਾਸਿਲ ਕੀਤੀ ਹੈ ਅਤੇ ਪਾਪ ਤਾਂ ਬਹੁਤ ਸਾਰੇ ਨੇ ਅਤੇ ਇੱਕ ਤੋਂ ਇੱਕ ਬਾਹਰੋਂ ਨੇ, ਪਰ ਆਪ ਜੀ ਨੇ ਪੁੱਛ ਲਿਆ ਕਿ ਸਭ ਤੋਂ ਸਿਰਮੌਰ ਪਾਪ ਕਿਹੜਾ ਹੈ, ਮੈਨੂੰ ਦੱਸੋ। ਅਤੇ ਉਹ ਮਨੁੱਖ ਕਹਿੰਦਾ ਹੈ, ਗਿਆਨਵੰਤ ਕਹਿੰਦਾ ਹੈ, ਜਿਹੜਾ ਮੈਂ ਆਪਣੇ ਗੁਰੂ ਨੂੰ ਜਾ ਕੇ ਪੁੱਛ ਲਵਾਂ। ਅਤੇ ਜਦੋਂ ਆਪਣੇ ਗੁਰੂ ਦੇ ਕੋਲ ਜਾਂਦਾ ਹੈ ਅਤੇ ਰਾਹ ਵਿੱਚ ਕੀ ਵੇਖਦਾ ਹੈ, ਇੱਕ ਵੇਸ਼ਵਾ ਬੈਠੀ ਹੋਈ ਹੈ। ਉਹ ਵੇਸ਼ਵਾ ਕਹਿੰਦੀ ਹੈ ਕਿ ਆਪ ਜੀ ਦੇ ਚਿਹਰੇ 'ਤੇ ਜਿਹੜੀ ਨਿਰਾਸ਼ਾ ਹੈ ਉਹ ਕੁਛ ਬੋਲ ਰਹੀ ਹੈ, ਕੁਛ ਕਹਿ ਰਹੀ ਹੈ। ਅਤੇ ਉਹ ਗਿਆਨੀ ਪੁਰਸ਼ ਕਹਿੰਦਾ ਹੈ ਕਿ ਮੇਰੇ ਚਿਹਰੇ 'ਤੇ ਨਿਰਾਸ਼ਾ ਬਸ ਹੋਰ ਕੁਛ ਨਹੀਂ ਹੈ, ਇੱਕ ਜਵਾਬ ਦੀ ਤਲਾਸ਼ ਵਿੱਚ ਹੈ। ਅਤੇ ਉਹ ਵੇਸ਼ਵਾ ਕਹਿੰਦੀ, ਤੇਰਾ ਸਵਾਲ ਕੀ ਹੈ, ਮੇਰੇ ਸਾਹਮਣੇ ਰੱਖ। ਅਤੇ ਉਹ ਗਿਆਨੀ ਕਹਿੰਦਾ ਹੈ, ਗਿਆਨਵੰਤ ਵਿਦਵਾਨ ਪੁਰਸ਼ ਕਹਿੰਦਾ ਹੈ,
ਬਸ ਸਵਾਲ ਇਹੀ ਹੈ ਕਿ ਸਭ ਤੋਂ ਵੱਡਾ ਪਾਪ ਕਿਹੜਾ ਹੈ? ਵੇਸ਼ਵਾ ਕਹਿੰਦੀ ਹੈ, ਮੈਂ ਜਵਾਬ ਦੇ ਸਕਦੀ ਹਾਂ, 100% ਠੀਕ ਆਵੇਗਾ ਜਵਾਬ, ਪਰ ਪਹਿਲਾਂ ਤੈਨੂੰ ਮੇਰੇ ਹੱਥ ਦਾ ਭੋਜਨ ਛਕਣਾ ਪਏਗਾ। ਵਿਦਵਾਨ ਪੁਰਸ਼ ਕਹਿੰਦਾ ਹੈ, ਤਾਂ ਹੋ ਹੀ ਨਹੀਂ ਸਕਦਾ, ਤੂੰ ਵੇਸ਼ਵਾ ਹੈ, ਤੇਰਾ ਜੀਵਨ ਬਹੁਤ ਬੇਕਾਰ ਹੈ, ਔਰ ਤੇਰੇ ਹੱਥ ਦਾ ਬਣਾਇਆ ਭੋਜਨ ਮੈਂ ਖਾ ਲਵਾਂ, ਹੋ ਨਹੀਂ ਸਕਦਾ, ਤਾਂ ਨਹੀਂ ਹੋ ਸਕਦਾ। ਵੇਸ਼ਵਾ ਹੱਸਦੀ ਹੈ ਤੇ ਹੱਸਦੇ ਹੋਏ ਕਹਿੰਦੀ ਹੈ, ਕਾਸ਼ ਤੂੰ ਮੇਰੇ ਹੱਥ ਦਾ ਬਣਾਇਆ ਭੋਜਨ ਖਾ ਲੈਂਦਾ, ਤੈਨੂੰ ਮੈਂ 5 ਅਸ਼ਰਫੀਆਂ ਵੀ ਦਿੰਦੀ ਔਰ ਤੇਰੇ ਸਵਾਲ ਦਾ ਜਵਾਬ ਵੀ ਮਿਲ ਜਾਂਦਾ। ਹੁਣ ਇਹ ਮਨੁੱਖ ਸੋਚਦਾ ਹੈ, ਭੋਜਨ ਵੀ ਮਿਲੇਗਾ, 5 ਅਸ਼ਰਫੀਆਂ ਵੀ ਮਿਲਣਗੀਆਂ ਅਤੇ ਸਵਾਲ ਦਾ ਜਵਾਬ ਵੀ ਮਿਲੇਗਾ, ਹੁਣ ਕੀ ਚਾਹੀਦਾ? ਔਰ ਕਹਿੰਦੇ ਨੇ, ਚੰਗਾ ਫਿਰ ਤੂੰ ਭੋਜਨ ਬਣਾ ਲੈ। ਜਦੋਂ ਉਹ ਭੋਜਨ ਤਿਆਰ ਕਰਦੀ ਹੈ ਅਤੇ ਥਾਲ ਵਿੱਚ ਸਜਾ ਕੇ 5 ਅਸ਼ਰਫੀਆਂ ਰੱਖਦੀ ਹੈ ਔਰ ਉਹਦੇ ਸਾਹਮਣੇ ਆ ਕੇ ਰੱਖ ਦਿੰਦੀ ਹੈ, ਕਹਿੰਦੇ ਨੇ, ਮਹਾਰਾਜ ਛਕੋ। ਜਦੋਂ ਉਹ ਇੱਕ ਬੁਰਕੀ ਤੋੜਦਾ ਹੈ, ਮੁੱਖ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਵੇਸ਼ਵਾ ਉਹਦਾ ਹੱਥ ਫੜ ਲੈਂਦੀ ਹੈ, ਕਹਿੰਦੀ ਹੈ, ਪਹਿਲਾਂ ਸਵਾਲ ਬੋਲ, ਤੇਰਾ ਸਵਾਲ ਕੀ ਹੈ? ਅਤੇ ਮਨੁੱਖ ਕਹਿੰਦਾ ਹੈ ਕਿ ਸਵਾਲ ਹੈ ਕਿ ਜਿਤਨੇ ਵੀ ਪਾਪ ਨੇ ਉਹਨਾਂ ਦੇ ਵਿੱਚ ਸਿਰਮੌਰ ਪਾਪ ਕਿਹੜਾ ਹੈ? ਵੇਸ਼ਵਾ ਕਹਿੰਦੀ ਹੈ, ਪਹਿਲਾਂ ਤੂੰ ਭੋਜਨ ਨਹੀਂ ਛਕ ਰਿਹਾ ਸੀ ਅਤੇ ਜਦੋਂ 5 ਅਸ਼ਰਫੀਆਂ ਦਾ ਤੈਨੂੰ ਮੈਂ ਲੋਭ ਦਿੱਤਾ ਅਤੇ ਤੂੰ ਭੋਜਨ ਖਾਣ ਵਾਸਤੇ ਵੀ ਤਿਆਰ ਹੋ ਗਿਆ, ਬਸ ਇਹ ਲੋਭ ਹੀ ਸਭ ਤੋਂ ਵੱਡਾ ਪਾਪ ਹੈ, ਲੋਭ ਹੀ ਸਭ ਤੋਂ ਵੱਡਾ ਪਾਪ। ਜਿਸ ਦੇ ਜੀਵਨ ਦੇ ਵਿੱਚ ਲੋਭ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਬਾਈ ਕਹਿਦਾ ਕਹਿ ਦਿੱਤਾ ਕਿ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋ ਅਹੰਕਾਰ। ਤੋ ਸਾਡਾ ਜਿਹੜਾ ਮਨ ਹੈ ਲੋਭ ਦੇ ਵਿੱਚ ਖਚਿਤ ਹੋਇਆ ਪਿਆ। ਸਾਹਿਬ ਕਹਿੰਦੇ ਨੇ, ਰਾਮ ਵਿਸਾਰ ਬਾਹੁਰ ਪਛਤਾਨਾ। ਲੋਭ ਦੇ ਵਿੱਚ ਰਾਮ ਨੂੰ ਭੁੱਲ ਗਏ, ਜੋ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ, ਹਰ ਇੱਕ ਦੇ ਵਿੱਚ ਜੋ ਜਰੇ ਜਰੇ ਵਿੱਚ ਮੌਜੂਦ ਹੈ, ਉਹਨੂੰ ਬੁਲਾ ਕੇ ਅਖੀਰ ਵਿੱਚ ਮਨੁੱਖ ਨੂੰ ਪਛਤਾਉਣਾ ਪੈਂਦਾ। ਅਤੇ ਪਛਤਾਵਾ ਕਿਸ ਦਾ? ਸਾਹਿਬ ਜੀ ਕਹਿੰਦੇ ਨੇ ਕਿ ਫਿਰ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ। ਇਹ ਪਛਤਾਵਾ, ਜਨਮ ਲੈਣਾ ਫਿਰ ਮਿਟ ਜਾਣਾ, ਫਿਰ ਜਨਮ ਲੈਣਾ ਫਿਰ ਚਲੇ ਜਾਣਾ, ਕਹਿੰਦੇ ਨੇ ਫਿਰ ਇਸੇ ਤਰ੍ਹਾਂ ਦਾ ਇਹ ਚੱਕਰ ਚੱਲਦਾ ਰਹੇਗਾ, ਚੱਲਦਾ ਰਹੇ। ਬਿਛੁਰਤ ਮਿਲਾਏ ਗੁਰ ਸੇਵ ਰਾਂਗੇ। ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਗਿਆ, ਰੰਗਿਆ ਗਿਆ, ਕਹਿੰਦੇ ਨੇ ਫਿਰ ਉਹਦਾ ਵਿਛੋੜਾ ਨਹੀਂ ਆਵੇਗਾ। ਮੈਂ ਫਿਰ ਅਰਜ ਕਰਾਂ, ਹਰ ਇੱਕ ਮਿਲਨ ਵਿਛੋੜੇ 'ਤੇ ਖੜਾ ਹੈ। ਪਤੀ ਪਤਨੀ ਦਾ ਮਿਲਨ ਹੈ, ਇੱਕ ਦਿਨ ਵਿਛੋੜੇ 'ਤੇ ਖੜਾ ਹੋਏਗਾ। ਮਿੱਤਰਾਂ ਦਾ ਸੰਬੰਧ ਹੈ, ਇੱਕ ਦਿਨ ਵਿਛੋੜੇ 'ਤੇ ਖੜਾ ਹੈ। ਪਿਤਾ ਔਰ ਪੁੱਤਰ ਦਾ ਮਿਲਨ ਹੈ, ਵਿਛੋੜੇ 'ਤੇ ਖੜਾ ਹੈ, ਇੱਕ ਦਿਨ ਵਿਛੋੜਾ ਹੋਵੇਗਾ ਹੋਵੇਗਾ। ਪਰ ਕਹਿੰਦੇ ਨੇ ਪ੍ਰਭੂ ਦੇ ਨਾਲ ਮਿਲਨ ਇੱਕ ਐਸਾ ਮਿਲਨ ਹੈ, ਨਾ ਇੱਥੇ ਵਿਛੋੜਾ ਨਾ ਉੱਥੇ ਵਿਛੋੜਾ। ਪਰ ਮਨੁੱਖ ਕਿਤਨਾ ਬੇਸਮਝ ਹੈ, ਕਿਤਨਾ ਅਗਿਆਨੀ ਹੈ ਕਿ ਜਿਸ ਦੇ ਨਾਲ ਮਿਲਣ ਚਾਹੀਦਾ ਸੀ ਉਸ ਦੇ ਨਾਲ ਮਿਲਣ ਕੀਤਾ ਨਹੀਂ, ਔਰ ਜਿਹੜਾ ਮਿਲਣ ਵਿਛੋੜੇ 'ਤੇ ਖੜਾ ਹੈ ਮਨੁੱਖ ਉਸ ਦੇ ਨਾਲ ਮਿਲਣ ਕਰਕੇ ਬੈਠਾ ਹੋਇਆ। ਨਹੀਂ, ਅੱਜ ਮੌਕਾ ਹੈ, ਬਾਅਦ ਵਿੱਚ ਤੈਨੂੰ ਪਛਤਾਉਣ ਨਾ ਪਵੇ। ਤੋ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਜ ਕੀਤੀ, ਹਰ ਨਾਮ ਦਿਓ ਮਸਤਕ ਵਡਭਾਗੇ। ਗੁਰੂ ਸਾਹਿਬ ਨੇ ਐਸੀ ਰਹਿਮਤ ਕੀਤੀ ਕਿ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੱਤੀ। ਹੁਣ ਤੂੰ ਇਸ ਨੂੰ ਗਾ, ਇਹ ਨਾਮ ਤੇਰਾ ਸੰਗੀ ਹੈ, ਇਹ ਨਾਮ ਤੇਰਾ ਸਾਥੀ। ਜੇ ਮੈਂ ਇਸ ਤਰ੍ਹਾਂ ਅਰਜ ਕਰਾਂ ਕਿ ਇਤਨੀ ਠੰਡ ਦੇ ਵਿੱਚ ਵੀ ਗੁਰੂ ਕੇ ਪਿਆਰੇ, ਗੁਰੂ ਕੇ
ਸਿੱਖ ਗੁਰੂ ਦੇ ਸਿੰਘ ਗੁਰੂ ਸਾਹਿਬ ਦੇ ਨਾਲ ਨੇ ਅਤੇ ਕਿਤਨਾ ਵੱਡਾ ਭਰੋਸਾ ਹੈ, ਕਿਤਨਾ ਵੱਡਾ। ਅਤੇ ਇਹ ਵੀ ਖਬਰ ਹੈ ਕਿ ਇੱਥੇ ਆਪਣੇ ਆਪ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ, ਪਰ ਫਿਰ ਵੀ ਗੁਰੂ ਸਾਹਿਬ ਦਾ ਪੱਲਾ ਛੱਡ ਕੇ ਨਹੀਂ ਗਏ। ਦੂਜੀ ਤਰਫ ਜੇ ਮੈਂ ਅਰਜ਼ ਕਰਾਂ, ਸਾਡੇ ਜੀਵਨ ਵਿੱਚ ਕੋਈ ਸੰਕਟ ਆ ਗਿਆ, ਅਸੀਂ ਗੁਰੂ ਦਾ ਪੱਲਾ ਹੀ ਛੱਡ ਦਿੰਦੇ ਹਾਂ। ਮੈਨੂੰ ਇਹ ਚਾਹੀਦਾ ਸੀ, ਨਹੀਂ ਮਿਲਿਆ, ਗੁਰੂ ਦਾ ਪੱਲਾ ਹੀ ਛੱਡ ਕੇ ਬੈਠ ਗਏ। ਕੁਝ ਚਾਹੀਦਾ ਸੀ, ਮੰਗਿਆ, ਨਹੀਂ ਮਿਲਿਆ, ਹੁਣ ਗੁਰੂ ਦੇ ਕੋਲ ਜਾ ਕੇ ਕੀ ਕਰਨਾ। ਅਤੇ ਦੂਜੀ ਤਰਫ ਐਸੇ ਵੀ ਸਿੰਘ ਨੇ ਕਿ ਜੋ ਆਪਣਾ ਸਭ ਕੁਛ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਵਾਰ ਕੇ ਅਤੇ ਫਿਰ ਵੀ ਉਹਦਾ ਧੰਨਵਾਦ ਪਈ ਕਰਦੇ ਨੇ, ਸ਼ੁਕਰਾਨਾ ਪਈ ਕਰਦੇ ਨੇ। ਇਸ ਤਨ ਨੇ ਜੋ ਕਿ ਪੌਣ ਔਰ ਪਾਣੀ ਭਾਵ ਪੰਜ ਤੱਤਾਂ ਦੇ ਨਾਲ ਬਣਿਆ ਹੋਇਆ ਸਰੀਰ, ਪਵਨ ਪਾਣੀ ਅਗਨੀ ਪਾਤਾਲ ਬੈਸੰਤਰ, ਇਹ ਪੰਜ ਤੱਤਾਂ ਦਾ ਜੋੜ ਹੈ ਔਰ ਇਹਦੇ ਵਿਚਕਾਰ ਪ੍ਰਭੂ ਦੀ ਜੋਤ ਹੈ, ਅੰਸ਼ ਹੈ। ਬਾਕੀ ਤਾਂ ਪੰਜ ਤੱਤ ਨੇ ਔਰ ਇਹਨਾਂ ਪੰਜਾਂ ਤੱਤਾਂ ਦਾ ਵਿਛੋੜਾ ਤਾਂ ਇੱਕ ਦਿਨ ਹੋਵੇਗਾ। ਪਰ ਇਸ ਪੰਜ ਤੱਤ ਸਰੀਰ ਦੇ ਵਿੱਚ ਜੋ ਅੰਦਰ ਰੂਹ ਬੈਠੀ ਹੋਈ ਹੈ, ਇੱਕ ਪੰਛੀ ਹੈ। ਹੁਣ ਇਹ ਪੰਛੀ ਕਿੱਥੋਂ ਆਇਆ? ਖਬਰ ਨਹੀਂ। ਇਹ ਪੰਛੀ ਹੁਣ ਕਿੱਥੇ ਜਾਏਗਾ? ਖਬਰ ਨਹੀਂ। ਅਤੇ ਆਲਮਾਂ ਦਾ ਕਹਿਣਾ ਹੈ ਕਿ ਜਿਵੇਂ ਇੱਕ ਛੋਟੀ ਜਿਹੀ ਝੋਂਪੜੀ ਹੈ, ਪੂਰਬ ਵੱਲ ਵੀ ਉਸਦਾ ਦੁਆਰ ਹੈ, ਪੱਛਮ ਵੱਲ ਵੀ ਉਹਦਾ ਦੁਆਰ ਹੈ, ਪਰ ਬਾਹਰ ਅੰਧਕਾਰ ਹੈ। ਹੁਣ ਇਸ ਅੰਧਕਾਰ ਚੋਂ ਪੰਛੀ ਆਇਆ ਅਤੇ ਝੌਂਪੜੀ ਵਿੱਚ ਫੜਫੜਾਇਆ ਅਤੇ ਫਿਰ ਅੰਧਕਾਰ ਵਿੱਚ ਫਿਰ ਨਿਕਲ ਗਿਆ ਪੱਛਮ ਵੱਲ। ਉੱਥੇ ਇੱਕ ਦਰਵੇਸ਼ ਬੈਠਾ ਹੋਇਆ ਹੈ, ਮਨ ਵਿੱਚ ਕੀ ਸੋਚਦਾ ਹੈ ਕਿ ਬਸ ਜੀਵਨ ਦੀ ਜਿਹੜੀ ਕਥਾ ਹੈ ਉਹ ਇਸੇ ਤਰ੍ਹਾਂ ਦੀ ਹੈ ਕਿ ਸਰੀਰ ਇੱਕ ਝੌਂਪੜੀ ਹੈ ਅਤੇ ਇਹਦੇ ਵਿੱਚੋਂ ਜੋ ਅੱਜ ਪੰਛੀ ਫੜਫੜਾ ਰਿਹਾ ਹੈ, ਬਾਹਰੋਂ ਆਇਆ ਅੰਧਕਾਰ ਚੋਂ, ਕਿਸੇ ਨੂੰ ਵੀ ਪਤਾ ਨਹੀਂ ਕਿੱਥੋਂ ਆਇਆ ਹੈ, ਅੱਜ ਫੜਫੜਾ ਰਿਹਾ ਹੈ। ਅਤੇ ਸਮਾਂ ਦੇ ਮੁਤਾਬਿਕ ਇਸਨੇ ਫਿਰ ਨਿਕਲ ਜਾਣਾ ਦੂਜੇ ਦੁਆਰ ਤੋਂ, ਪਤਾ ਹੀ ਨਹੀਂ ਲੱਗਣਾ ਕਿੱਥੇ ਗਿਆ। ਅਤੇ ਉਹ ਦਰਵੇਸ਼ ਕੀ ਕਹਿੰਦਾ ਹੈ? ਕਹਿੰਦਾ ਹੈ ਜਦੋਂ ਤੱਕ ਇਹ ਪੰਛੀ ਇਸ ਝੌਂਪੜੀ ਦੇ ਵਿੱਚ ਫੜਫੜਾ ਰਿਹਾ ਹੈ, ਉਦੋਂ ਤੱਕ ਇਸ ਨੂੰ ਦੇਖ ਲਈਏ, ਇਹ ਕੌਣ ਹੈ, ਇਹ ਕੀ ਹੈ, ਇਸ ਦਾ ਵਜੂਦ ਕੀ ਹੈ, ਇਸ ਦਾ ਮੂਲ ਕੀ ਹੈ, ਇਸ ਨੂੰ ਦੇਖ ਲਈਏ। ਤਾਂ ਸਾਡਾ ਜੋ ਸਰੀਰ ਹੈ, ਸਰੀਰ ਦੇ ਵਿੱਚ ਜੋ ਰੂਹ ਹੈ, ਉਸ ਨੂੰ ਦੇਖ ਲਈਏ। ਅਸੀਂ ਕਈ ਦਫ਼ਾ ਕਹਿ ਦਿੰਦੇ ਕਿ ਆਪ ਜੀ ਨੂੰ ਖਬਰ ਨਹੀਂ ਹੈ ਮੈਂ ਕੌਣ ਹਾਂ। ਕਈ ਦਫ਼ਾ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ ਤੈਨੂੰ ਪਤਾ ਨਹੀਂ ਹੈ ਮੈਂ ਕੌਣ ਹਾਂ, ਪਰ ਗੁਸਤਾ ਕੀ ਮਾਫ, ਦੂਜੇ ਨੂੰ ਤਾਂ ਕੀ ਖਬਰ ਹੈ ਅਸੀਂ ਕੌਣ ਹਾਂ, ਸਾਨੂੰ ਖੁਦ ਨੂੰ ਖੁਦ ਦੀ ਖਬਰ ਨਹੀਂ ਹੈ ਕਿ ਅਸੀਂ ਕੌਣ ਹਾਂ। ਹਮ ਵਹਾਂ ਹੈ ਜਹਾਂ ਖੁਦ ਕੋ ਖੁਦ ਕੀ ਖਬਰ ਨਹੀਂ ਹੈ। ਖਬਰ ਕਿਸ ਤਰ੍ਹਾਂ ਪ੍ਰਾਪਤ ਹੋਵੇ? ਕਹਿਣ ਲੱਗੇ ਤੂੰ ਸਾਧਨਾ ਕਰ, ਤੂੰ ਬੰਦਗੀ ਕਰ। ਸਾਧਨਾ ਕਰਦੀਆਂ, ਬੰਦਗੀ ਕਰਦੀਆਂ, ਸੇਵਾ ਸਿਮਰਨ ਕਰਦੀਆਂ, ਫਿਰ ਖਬਰ ਮਿਲਦੀ ਹੈ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰਾਮ ਦੀ ਅੰਸ਼ ਹੈ। ਹੁਣ ਇਹ ਰਾਮ ਦੀ ਅੰਸ਼ ਹੈ ਤੜਫ ਰਹੀ ਹੈ, ਕਾਰਨ ਕੀ ਹੈ? ਕਿਉਂਕਿ ਵਿਚਕਾਰ ਇੱਕ ਦੀਵਾਰ ਹੈ। ਕਿਹੜੀ ਦੀਵਾਰ ਹੈ? ਸਾਹਿਬ ਜੀ ਕਹਿੰਦੇ ਨੇ ਝੂਠ ਦੀ ਦੀਵਾਰ ਹੈ। ਔਰ ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਜੋ ਆਪ ਜੀ ਹਰ ਰੋਜ਼ ਜਪ ਬਾਣੀ ਪੜ੍ਹਦੇ ਹੋ, ਜਪ ਜੀ ਸਾਹਿਬ, ਉਸ ਦੇ ਵਿੱਚ ਇੱਕੋ ਹੀ ਸਵਾਲ ਹੈ। ਬਾਕੀ ਜੁਗਤੀਆਂ ਨੇ ਉਸ ਸਵਾਲ ਦੇ ਜਵਾਬ ਵਿੱਚ, ਜਦੋਂ ਸਵਾਲ ਠੀਕ ਹੋਵੇ ਜਵਾਬ ਬਹੁਤ ਪਿਆਰੇ ਆਉਂਦੇ ਨੇ, ਜੇ ਸਵਾਲ ਹੀ ਠੀਕ ਨਾ ਹੋਵੇ ਫਿਰ ਜਵਾਬ ਵੀ ਕੁਝ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਸਮਝ ਨਹੀਂ ਆਉਂਦੇ।
ਸਵਾਲ ਕੀ ਕੀਤਾ ਹੈ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਨੇ ਕਿਵ ਸੱਚ ਯਾਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਬਸ ਇਹ ਪ੍ਰਸੰਨ ਹੈ, ਬਾਕੀ ਉੱਤਰ ਬਾਕੀ ਬੋਲਿਆਂ 'ਚ। ਕਿਉਂਕਿ ਇਸ ਰੂਹੇ ਜ਼ਮੀਨ 'ਤੇ ਆਉਣ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਸਾਧਨਾ ਕਰਕੇ ਗੁਰੂ ਦੀ ਰਹਿਮਤ ਪ੍ਰਾਪਤ ਕਰਕੇ ਸੱਚਿਆਰ ਪਦ ਦੀ ਪ੍ਰਾਪਤੀ ਕਰਨੀ ਹੈ, ਸਹਿਜ ਅਵਸਥਾ 'ਤੇ ਪਹੁੰਚਣਾ ਹੈ, ਸਹਿਜ ਅਵਸਥਾ। ਤੋ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਪਵਨ ਪਾਣੀ ਕੀ ਇਹ ਦੇਹੇ ਸਰੀਰ ਹਾਉ ਮੈਂ ਰੋਗ ਕਠਿਨ ਤਨ ਪੀਰਾ। ਜਿਤਨੇ ਵੀ ਇਹ ਸਰੀਰ ਹਨ, ਭਾਵੇਂ ਪਸ਼ੂ, ਭਾਵੇਂ ਪੰਛੀ, ਭਾਵੇਂ ਜਲਚਰ ਨਭਚਰ, ਭਾਵੇਂ ਮਨੁੱਖ, ਹਰ ਇੱਕ ਦੇ ਜੀਵਨ ਵਿੱਚ ਇੱਕ ਮੂਲ ਕਮਜ਼ੋਰੀ ਹੈ। ਔਰ ਜੋ ਉਹਦੀ ਇੱਕ ਮੂਲ ਕਮਜ਼ੋਰੀ ਹੈ, ਬਸ ਮੂਲ ਕਮਜ਼ੋਰੀ ਕਰਕੇ ਹੀ ਉਹਦੀ ਮੌਤ ਆਉਂਦੀ ਹੈ। ਮੂਲ ਕਮਜ਼ੋਰੀ, ਮੂਲ ਕਮਜ਼ੋਰੀ ਹਾਥੀ ਦੀ ਕੀ ਹੈ? ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਮਨੁੱਖ ਦੇ ਜਿਹੜੇ ਪੰਜ ਗਿਆਨ ਇੰਦਰੇ ਨੇ, ਜਿਨ੍ਹਾਂ ਤੋਂ ਉਹਨੂੰ ਗਿਆਨ ਆਉਂਦਾ ਹੈ, ਅਤੇ ਪੰਜ ਹੀ ਮਨੁੱਖ ਦੇ ਜੀਵਨ ਵਿੱਚ ਮੂਲ ਕਮਜ਼ੋਰੀਆਂ ਨੇ। ਪਸ਼ੂ ਜਗਤ ਦੀਆਂ ਮੂਲ ਕਮਜ਼ੋਰੀਆਂ ਨੇ, ਪੰਛੀ ਜਗਤ ਦੀਆਂ ਮੂਲ ਕਮਜ਼ੋਰੀਆਂ ਨੇ, ਅਤੇ ਕਿਸੇ ਦੀ ਕਮਜ਼ੋਰੀ ਦੇਖਣ ਦੀ, ਕਿਸੇ ਦੀ ਕਮਜ਼ੋਰੀ ਸੁਣਨ ਦੀ, ਕਿਸੇ ਦੀ ਕਮਜ਼ੋਰੀ ਰਸਨਾ ਦੀ, ਔਰ ਕਿਸੇ ਦੀ ਕਮਜ਼ੋਰੀ ਤਵਚਾ ਦੀ, ਇਸ ਗਿਣ ਦੀ। ਹੁਣ ਇੱਕ ਇੱਕ ਸਮਝਣਾ। ਹਾਥੀ ਦੀ ਕਮਜ਼ੋਰੀ ਹੈ ਕਾਮ ਵਾਸਨਾ, ਇਹ ਉਹਦੀ ਮੂਲ ਕਮਜ਼ੋਰੀ ਹੈ, ਬਾਕੀ ਹੋਰ ਕੋਈ ਕਮਜ਼ੋਰੀ ਨਹੀਂ ਹੈ। ਇੰਨੇ ਤਾਕਤਵਰ ਭਾਰੀ ਭਰਕਮ ਸਰੀਰ ਹਾਥੀ ਦਾ, ਇਸ ਨੂੰ ਪਕੜਦੇ ਨੇ ਇਸ ਦੀ ਮੂਲ ਕਮਜ਼ੋਰੀ ਨੂੰ ਮੁੱਖ ਰੱਖ ਕੇ, ਕਾਮ ਵਾਸਨਾ ਨੂੰ ਮੁੱਖ ਰੱਖ ਕੇ। ਇੱਕ ਕਾਗਜ਼ ਦਾ ਹੋਰ ਹਾਥੀ ਬਣਾ ਕੇ ਖੜਾ ਕਰ ਦਿੰਦੇ ਨੇ, ਟੋਆ ਪੁੱਟ ਕੇ ਉਹਦੇ ਉੱਤੇ ਖੜਾ ਕਰ ਦਿੰਦੇ ਨੇ, ਅਤੇ ਦੂਜਾ ਹਾਥੀ ਸਮਝਦਾ ਹੈ ਇਹ ਮੇਰਾ ਸਾਥੀ ਖੜਾ ਹੈ, ਅਤੇ ਉੱਥੇ ਜਦੋਂ ਕਾਮੁਕ ਹੋ ਕੇ ਪਹੁੰਚਦਾ ਹੈ, ਉੱਥੇ ਪੈਰ ਰੱਖਦਾ ਹੈ, ਟੋਏ ਦੇ ਵਿੱਚ ਡਿੱਗ ਪੈਂਦਾ ਹੈ। ਮੂਲ ਕਮਜ਼ੋਰੀ ਕਾਮ। ਪਤੰਗੇ ਦੀ ਮੂਲ ਕਮਜ਼ੋਰੀ ਕੀ ਹੈ? ਦ੍ਰਿਸ਼ਟ ਰੋਗ ਪਛਮੂਏ ਪਤੰਗ, ਉਹਨੂੰ ਦ੍ਰਿਸ਼ਟੀ ਦਾ ਰੋਗ ਹੈ। ਸਾਹਮਣੇ ਦੇਖਿਆ ਜੀਵਾ ਜਗ ਪਿਆ ਹੈ, ਬਸ ਉਹ ਉੱਥੇ ਪਹੁੰਚਦਾ ਹੈ, ਦ੍ਰਿਸ਼ਟੀ ਦਾ ਰੋਗ ਹੈ, ਉੱਥੇ ਉਹਦੀ ਮੌਤ ਹੋ ਜਾਂਦੀ ਹੈ, ਸੜ ਜਾਂਦਾ। ਅਤੇ ਰਸਨਾ ਦਾ ਰੋਗ ਕਿਸ ਨੂੰ ਹੈ? ਸਾਹਿਬ ਕਹਿੰਦੇ ਨੇ ਮੱਛਲੀ ਨੂੰ ਰਸਨਾ ਦਾ ਰੋਗ ਹੈ। ਅਤੇ ਮਾਸ ਦੇ ਟੁਕੜੇ ਲਈ ਉਹ ਲੋਹੇ ਦੀ ਕੁੰਡੀ ਨੂੰ ਨਿਗਲ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਅਤੇ ਕੰਨਾਂ ਦਾ ਰੋਗ ਕਿਸ ਨੂੰ ਹੈ? ਸਾਹਿਬ ਕਹਿੰਦੇ ਨੇ ਹਿਰਨ ਦੇ ਕੋੜ ਕੰਨਾਂ ਦਾ ਰੋਗ ਹੈ, ਅਤੇ ਜਿੱਥੇ ਵੀ ਉਹ ਆਵਾਜ਼ ਸੁਣਦੀ ਹੈ, ਨਾਦ ਉਹਦੇ ਕੰਨਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਅਤੇ ਉਹ ਉਸੀ ਦਿਸ਼ਾ ਵੱਲ ਭੱਜਦਾ ਜਿੱਥੋਂ ਆਵਾਜ਼ ਆ ਰਹੀ ਹੈ, ਔਰ ਉਹ ਆਵਾਜ਼ ਕੱਢਦਾ ਹੈ ਇੱਕ ਸ਼ਿਕਾਰੀ ਸ਼ਿਕਾਰੀ। ਜਦੋਂ ਉਸ ਸ਼ਿਕਾਰੀ ਦੇ ਕੋਲ ਉਹ ਹਿਰਨ ਪਹੁੰਚਦਾ ਹੈ, ਸ਼ਿਕਾਰੀ ਉਸ ਨੂੰ ਮਾਰ ਦਿੰਦਾ, ਮੌਤ ਹੋ ਗਈ। ਹੁਣ ਮੈਂ ਅਰਜ਼ ਕਰਾਂ, ਮਨੁੱਖ ਦਾ ਮੂਲ ਰੋਗ ਕੀ ਹੈ? ਅਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਵਿੱਚ ਕਹਿ ਦਿੱਤਾ, ਹਉਮੈ ਰੋਗ ਮਨੁੱਖ ਕਹਾਉਂਦੀ। ਮਨੁੱਖ ਦੇ ਕੋਲ ਹਉਮੈ ਦਾ ਰੋਗ ਹੈ। ਮੈਂ ਵੱਡਾ, ਮੈਂ ਬਹੁਤ ਵੱਡਾ ਗਿਆਨੀ ਹਾਂ, ਮੈਂ ਬਹੁਤ ਵੱਡਾ ਧਨਵੰਤ ਹਾਂ, ਮੈਂ ਬਹੁਤ ਵੱਡਾ ਹਾਂ, ਪਰ ਮੈਂ ਇਹ ਵੀ ਅਰਜ਼ ਕਰਾਂ, ਮਨੁੱਖ ਕਿਸ ਸਾਰੇ ਕਹਿੰਦਾ ਕਿ ਮੈਂ ਬਹੁਤ ਵੱਡਾ? ਕਿ ਮਨੁੱਖ ਧਨ ਇਕੱਠਾ ਕਰਕੇ ਉਸਨੂੰ ਸਾਰਾ ਬਣਾ ਕੇ ਕਹਿ ਦਿੰਦਾ ਹੈ ਮੈਂ ਬਹੁਤ ਵੱਡਾ ਹਾਂ। ਮਨੁੱਖ ਰੁਤਬੇ ਦਾ ਸਾਰਾ ਲੈ ਕੇ ਜਗਤ ਨੂੰ ਕਹਿ ਦਿੰਦਾ ਹੈ ਮੈਂ ਬਹੁਤ ਵੱਡਾ ਹਾਂ। ਕੁਝ ਗਿਆਨ ਇਕੱਠਾ ਕਰਕੇ ਖਲਕਤ ਨੂੰ ਕਹਿ ਦਿੰਦਾ ਹੈ ਮੈਂ ਬਹੁਤ ਵੱਡਾ ਹਾਂ। ਔਰ ਜਿਵੇਂ ਇੱਕ ਛੋਟਾ ਜਿਹਾ ਬੱਚਾ ਕੁਰਸੀ 'ਤੇ ਖੜ੍ਹ ਕੇ ਕਈ ਦਫ਼ਾ ਆਪਣੇ ਪਿਤਾ ਨੂੰ ਵੀ ਕਹਿ ਦਿੰਦਾ, ਦੇਖ ਮੈਂ ਤੇਰੇ ਤੋਂ ਵੀ ਵੱਡਾ ਹੋ ਗਿਆ। ਖੜ੍ਹਾ ਕੁਰਸੀ 'ਤੇ, ਖੜ੍ਹਾ ਕਿਸੇ ਦੇ ਸਾਰੇ, ਅਤੇ ਪਿਤਾ ਨੂੰ ਵੀ ਕਹਿ ਦਿੰਦਾ ਮੈਂ ਤੇਰੇ ਤੋਂ ਵੱਡਾ ਹੋ ਗਿਆ। ਕਹਿੰਦੇ ਨੇ ਨਹੀਂ, ਵੱਡੇ ਹੋਣ ਦਾ ਇੱਕ ਹੋਰ ਵੀ ਸਾਧਨ ਹੈ,
और वो साधन ऐसा है जो फिर तू कदे छोटा नहीं होवेगा, और वो साधन है प्रभु दा नाम, प्रभु दा सिमरन। तो इस दे सहारे वड्डा हो सकता है, और ऐसा वड्डा होवेगा कदे तू छोटा हो ही नहीं सकता, तेनों छोटा कोई कर ही नहीं सकता। बाकी दुनिया के तमाम साधन जिन्हों के सहारे खड़ के असी कहते हैं मैं वड्डा हाँ, तो गुस्ताखी माफ, कदे ना कदे वो सारे खत्म हो जाते हैं, मनुख फिर तलते आ जाता, फिर जमीन पर आ जाता है। भगत कबीर जिथे बैठा है उत्थे बैठा होया है, कोई जमीन पर नहीं बिठा सकता। गुरु के अनिन भगत सेवक जो शहादत पा गए ने मैदाने जंग दे विच, जिस मुकाम ते बैठे ने अज भी उत्थे बैठे ने। कौन हिला सकदा है भाई सतीदास नूं, कौन हिला सकदा है भाई मतीदास की अवस्था नूं? नहीं, भावें आरे नाल चीरे गए पर सुरत नहीं चीरी गई, भावें अग विच साड़े जा रहे ने पर सुरत नहीं साड़ी जा रही, भावें उबलदे पानी दे विच उबाले खा रहे ने पर सुरत नहीं उबाले खा रही है, सुरत निरंकार दे नाल जुड़ी हुई है, जुड़ी हुई है। तो मैं अर्ज कर रहा सी हौमे दा रोग मनुख दे कोल है और बहुत ही कठिन दुख देंदा है हौमे। साहिब कहिंदे ने गुरमुख राम नाम दारू गुण गाया। हुण आप जी ने कहना है कि ये हौमे पैदा कितों होया ते खत्म किस तरह होएगा, ये भी मैं अर्ज करा कि परमात्मा ने जदों सृष्टि बनाई मनुख बनाए ते मनुख नूं कह दिता कि जे किधरे तू चाहे कि मेरी भी अपनी होंद होवे, तू मैं दी बोली बोल, मैं तेरी भी होंद बरकरार रखांगा, और जे किधरे तू अपनी होंद नूं मिटा के तू रब दी होंद नूं कहिंदा है कि तू ही वड्डा है, तू ही वड्डा है, तो रब दी होंद भी तू अपने जीवन दे विच मजबूत कर सकदा है, होर अपने दिल दे विच। क्योंकि गुरु नानक साहब जी कहिंदे ने हौमे एहा हुकम है, ये प्रभु दा हुकम है। की हुकम? कि भावें तू मैं दी बोली बोल, भावें तू तू दी बोली बोल, जे तू मैं दी बोली बोलेगा मैं इसनों भी बरकरार रखांगा, जे तू तू दी बोली बोलेगा मैं इसनों भी बरकरार रखांगा। पर गुस्ताखी माफ, बहुते लोग तो मैं दी बोली बोलते ने। मुबारक उन्हों का जीवन जिहड़े तू तू दी बोली बोलते ने। धन कबीर साहब नूं कहना पिया तू तू करता तू हुआ, मुझ मैं रहा ना हूं जब आपा पर का मिट गया, जित देखो तित तू तित तू, बस तो ही तू है, तो ही तू है। तो इस ऊर्जा नूं जिहड़ी ऊर्जा मैं बोल रही है, इस ऊर्जा नूं बदलना है तू दे विच। पावर इको ही है, जिहड़ी पावर मैं बोल रही है उस पावर दे नाल तू बोल, संगत करके, सिमरन करके, साधना करके। तो साहिब जी कहिंदे ने कर किरपा गुरु रोग गवाया, मेरे गुरु ने बहुत वड्डी किरपा कीती, ये रोग ही मिट गया, खत्म हो गया। अगों चल के कहिंदे ने चार नदियां अगनी तन जा रहे, इस तन दे विच चार नदियां ने, चार केड़ी नदियां? हंस हेत को लो हिंसा प्रथम, हिंसा तीन किस्म दी है, मन दी हिंसा, वचन दी हिंसा, कर्म दी हिंसा। मन करके बुरा सोच लिया हिंसा हो गई, वचन करके फिक्के बोल बोले हिंसा हो गई, क्योंकि वह मनुख तो तड़फ रहा है, जिसनू तू बोल के आया है वह तड़फता पिया है, तो तू मौज दे नाल बैठा होया है, वो जिहड़ा मनुख तड़फ रहा है उन्हें हिंसा तो तू कर दिती, हिंसा तो हो गई। तीजी हिंसा है कर्म दी, तो कर्म ऐसा कीता जिहदे नाल हिंसा हो गई। धन गुरु पातशाह जी कहिंदे ने पुरखा ऐसा कम मोले ना कीचै जित अंत पछोताई,
ਨਾ ਕਰਨਾ। ਤਾਂ ਮੈਂ ਅਰਜ਼ ਕਰ ਰਿਹਾ ਸੀ, ਮਨ ਦੀ ਹਿੰਸਾ, ਬਚਨ ਦੀ ਹਿੰਸਾ, ਕਰਮ ਦੀ ਹਿੰਸਾ, ਹੰਸ ਦੂਜੀ ਨਦੀ ਹੈ ਹੇਤ ਦੀ। ਹੇਤ ਕਹਿੰਦੇ ਨੇ ਮੋਹ, ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਮਮ ਸ਼ਬਦ ਤੋਂ ਬਣਿਆ ਹੈ ਮੇਰਾ। ਜਿਤਨਾ ਜਿਤਨਾ ਮੇਰੇਪਨ ਦਾ ਭਾਵ ਵੱਧਦਾ ਗਿਆ, ਹੰਕਾਰ ਉਤਨਾ ਵੱਧਦਾ ਗਿਆ, ਉਤਨਾ ਵੱਧਦਾ ਗਿਆ। ਔਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਮੋਹ ਨੂੰ ਕੀਚੜ ਕਹਿ ਦਿੱਤਾ ਹੈ, ਕੀਚੜ ਹੈ, ਮਨੁੱਖ ਫਸਦਾ ਜਾ ਰਿਹਾ ਹੈ, ਫਸਦਾ ਜਾ ਰਿਹਾ ਹੈ। ਹਮ ਦੇਖਾ ਤੇ ਡੂਬ ਹਲੇ, ਦੇਖ ਵੀ ਰਿਹਾ ਮਨੁੱਖ ਡੁੱਬ ਰਿਹਾ ਹੈ। ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬ ਹਲੇ। ਇਸ ਪੰਕ ਦੇ ਵਿੱਚ, ਕੀਚੜ ਦੇ ਵਿੱਚ, ਮੋਹ ਰੂਪੀ ਕੀਚੜ ਵਿੱਚ ਮਨੁੱਖ ਫਸਦਾ ਜਾ ਰਿਹਾ ਹੈ, ਫਸਦਾ ਜਾ ਰਿਹਾ। ਕਿਉਂਕਿ ਕਈ ਦਫਾ ਮੈਂ ਅਰਜ਼ ਕਰਨਾ ਕਿ ਮਨੁੱਖ ਦੇ ਜੀਵਨ ਵਿੱਚ ਇਤਨਾ ਮੋਹ ਹੈ, ਇਤਨਾ ਮੋਹ। ਇੱਕ ਬਜ਼ੁਰਗ ਮਾਈ ਜਿਹੜੀ 80 ਸਾਲ ਦੀ ਉਮਰ ਹੈ, ਅਤੇ ਉਹ ਕਹਿੰਦੀ ਹੈ, ਗਿਆਨੀ ਜੀ ਮੇਰੀ ਹੁਣ ਅਰਦਾਸ ਕਰ ਦਿਉ। ਅਤੇ ਮਨ ਵਿੱਚ ਤਾਂ ਇਹੀ ਖਿਆਲ ਆਉਂਦਾ ਹੈ, ਇਸਨੇ ਅਰਦਾਸ ਤਾਂ ਇਹੀ ਕਰਾਉਣੀ ਕਿ ਹੁਣ ਮੈਂ ਚਲੀ ਜਾਵਾਂ। ਚੰਗਾ, ਇਹ ਵੀ ਤਾਂ ਦੱਸ ਅਰਦਾਸ ਤੇਰੀ ਕਿਸਤੀ ਕਰੀਏ। ਉਹ ਕਹਿੰਦੀ ਹੈ, ਗਿਆਨੀ ਜੀ ਉਹ ਸਾਹਮਣੇ ਦੇਖੋ ਮੇਰਾ ਪੜਪੋਤਰਾ ਖੜਾ ਹੈ। ਹਾਂਜੀ ਖੜਾ ਹੈ, ਖੇਡਦਾ ਪਿਆ ਹੈ, 7 ਸਾਲ ਦੀ ਉਮਰ ਹੈ। ਬਸ ਇਤਨੀ ਅਰਦਾਸ ਕਰ, ਪੜਪੋਤਰੇ ਦਾ ਵਿਆਹ ਹੋਵੇ ਉਦੋਂ ਤੱਕ ਮੈਂ ਠੀਕ ਰਵਾਂ। 80 ਸਾਲ ਦੀ ਉਮਰ ਹੋ ਗਈ, ਪੜਪੋਤਰੇ ਦਾ ਵਿਆਹ ਹੋਵੇਗਾ 20 ਸਾਲ ਬਾਅਦ ਕਿ 25 ਸਾਲ ਬਾਅਦ, ਉਦੋਂ ਤੱਕ ਮੈਂ ਜਿੰਦੀ ਰਵਾਂ। ਹੁਣ ਜੇਕਰ ਦੇਖਿਆ ਜਾਵੇ, ਉਸਨੂੰ ਪੁੱਛਿਆ ਜਾਵੇ, ਤੂੰ ਆਪਣਾ ਵਿਆਹ ਦੇਖ ਲਿਆ, ਤੂੰ ਪੁੱਤਰ ਦਾ ਵੀ ਵਿਆਹ ਦੇਖ ਲਿਆ, ਤੂੰ ਪੋਤਰੇ ਦਾ ਵਿਆਹ ਦੇਖ ਲਿਆ, ਹਾਲੇ ਤੱਕ ਨਹੀਂ ਰੱਜੀ, ਪੜਪੋਤਰੇ ਦਾ ਵਿਆਹ ਦੇਖ ਕੇ ਕਿਹੜਾ ਰੱਜਣਾ ਤੂੰ? ਫਿਰ ਇੱਕ ਹੋਰ ਆਸ, ਇੱਕ ਹੋਰ ਤਮੰਨਾ ਤੇਰੇ ਸਾਹਮਣੇ ਆ ਜਾਵੇਗੀ, ਹੁਣ ਗਾਂ ਮੈਂ ਉਹਦਾ ਬੱਚਾ ਵੀ ਦੇਖ ਲਵਾਂ। ਮੋਹ, ਮੋਹ ਵਿੱਚ ਫਸ ਗਿਆ ਮਨੁੱਖ। ਹੰਸ ਹੇਤ ਕੋਪ ਲੋਭ, ਕੋਪ ਤੋਂ ਮੁਰਾਦ ਕ੍ਰੋਧ। ਮਨੁੱਖ ਨੂੰ ਕ੍ਰੋਧ ਕਿਉਂ ਆਉਂਦਾ ਹੈ? ਉਸਦੇ ਪਿੱਛੇ 2 ਕਾਰਨ ਨੇ। ਜੇ ਕਾਮਨਾ ਦੀ ਪੂਰਤੀ ਨਹੀਂ ਹੋਈ, ਕ੍ਰੋਧ ਆ ਗਿਆ। ਲੋਭ ਦੀ ਪੂਰਤੀ ਨਹੀਂ ਹੋਈ, ਕ੍ਰੋਧ ਆ ਗਿਆ। ਕਾਮਨਾ ਦੀ ਪੂਰਤੀ ਹੋਈ, ਮੋਹ ਪੈ ਗਿਆ। ਲੋਭ ਦੀ ਪੂਰਤੀ ਹੋਈ, ਮੋਹ ਪੈ ਗਿਆ। ਤੋ ਕ੍ਰੋਧ ਦਾ ਮੂਲ ਕਾਰਨ ਹੈ, ਮੇਰੀ ਗੱਲ ਕਿਉਂ ਨਹੀਂ ਸੁਣੀ, ਕਾਮਨਾ ਦੀ ਪੂਰਤੀ ਕਿਉਂ ਨਹੀਂ ਹੋਈ, ਮੇਰੇ ਲੋਭ ਦੀ ਪੂਰਤੀ ਕਿਉਂ ਨਹੀਂ ਹੈ, ਮੁੱਖ ਕਾਰਨ ਹੈ ਕ੍ਰੋਧ ਤਾਂ ਆਉਂਦਾ ਹੈ ਮਨੁੱਖ। ਬਾਕੀ ਹੰਕਾਰ ਤੇ ਆਪਣੇ ਆਪ ਹੀ ਜੁੜ ਗਿਆ। ਸਾਹਿਬ ਕਹਿੰਦੇ ਨੇ, 4 ਨਦੀਆਂ ਅਗਨੀ ਤਨ ਜਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ। ਤ੍ਰਿਸ਼ਨਾ ਪਿਆਸ, ਜਿਤਨੇ ਵੀ ਪਦਾਰਥ ਨੇ ਬਹੁਤ ਥੋੜੇ ਨੇ, ਹੋਰ ਚਾਹੀਦਾ ਹੈ, ਹੋਰ ਚਾਹੀਦਾ। ਔਰ ਫਿਰ ਜਿਤਨਾ ਜਿਤਨਾ ਕੁਝ ਵੱਧਦਾ ਗਿਆ, ਮਨੁੱਖ ਕਹਿੰਦਾ ਕਿ ਦੇਖ ਮੇਰੇ ਕੋਲ ਕਿਤਨਾ ਹੈ, ਮੇਰੇ ਕੋਲ ਤਾਂ ਬਹੁਤ ਕੁਛ ਹੈ। ਬਸ ਉਸੇ ਹੰਕਾਰ ਕਰਕੇ ਮਨੁੱਖ ਡੁੱਬ ਜਾਂਦਾ ਹੈ। ਇੱਕ ਆਲਮ ਦਾ ਕਹਿਣਾ ਹੈ ਕਿ ਨਾ ਥਾਂ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ, ਡੁਬੋਇਆ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਿਆ ਹੋਤਾ। ਜਦੋਂ ਆਲਮ ਵਜੂਦ ਵਿੱਚ ਨਹੀਂ ਆਇਆ ਸੀ, ਖੁਦਾ ਸੀ। ਜੇ ਕੁਝ ਵੀ ਨਾ ਹੁੰਦਾ ਤਾਂ ਖੁਦਾ ਤਾਂ ਹੁੰਦਾ ਹੀ। ਕਹਿੰਦੇ ਨੇ, ਮੈਂ ਜੇਕਰ ਡੁੱਬਿਆ ਹਾਂ ਤਾਂ ਬਸ ਹੰਕਾਰ ਦੀ ਬੋਲੀ ਕਰਕੇ ਡੁੱਬਿਆ, ਹੰਕਾਰ ਦੀ। ਤਾਂ ਸਾਹਿਬ ਕਹਿੰਦੇ ਨੇ, ਗੁਰ ਰਾਖੇ ਵਡਭਾਗੀ ਤਾਰੇ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੋ ਜਾਵੇ ਉਹ ਵਡਭਾਗੇ ਨੇ। ਪਰ ਗੁਰੂ ਰਹਿਮਤ ਕਦ ਕਰਦਾ ਹੈ, ਇਹ ਧਿਆਨ ਦੇਣਾ। ਮੈਂ 1-2 ਗੱਲਾਂ ਕਹਿ ਕੇ ਸਮਾਪਤੀ ਬੁਲਾਉਂਦਾ। ਪ੍ਰਭੂ ਨੇ ਤੈਨੂੰ ਦਿਨ ਬਖਸ਼ਿਆ ਹੈ, ਰਾਤ ਵੀ ਬਖਸ਼ੀ ਹੈ। ਪੂਰਾ ਦਿਨ ਤੂੰ ਆਪਣੇ ਮਿਹਨਤ ਮਸ਼ਕਤ ਦੇ ਵਿੱਚ ਬਤੀਤ ਕਰ, ਰਾਤ ਵਿੱਚ ਤੂੰ ਆਰਾਮ ਕਰ। ਗੁਰੂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਸਾਰਾ ਦਿਨ ਮੈਨੂੰ ਦੇ, ਨਹੀਂ। ਗੁਰੂ ਇਹ ਵੀ ਨਹੀਂ ਕਹਿੰਦਾ ਤੂੰ ਸਾਰੀ ਰਾਤ ਮੈਨੂੰ ਦੇ, ਫਿਰ ਗੁਰੂ ਕੀ ਮੰਗਦਾ ਹੈ? ਕਹਿੰਦਾ, ਹੇ ਪੁਰਖਾ, ਜਦੋਂ ਦਿਨ ਦਿਨ ਨਾ ਹੋਵੇ, ਰਾਤ ਰਾਤ ਨਾ ਹੋਵੇ, ਉਹ ਸਮਾਂ ਮੈਨੂੰ ਦੇ। ਬਾਓ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦਾ ਸਮਾਂ
ਤੇ ਸ਼ਾਮ ਦਾ ਸਮਾਂ ਪੁਰਖਾ ਇਹ ਤੂੰ ਆਪਣੇ ਕੋਲ ਨਾ ਰੱਖ, ਇਹ ਗੁਰੂ ਕੀ ਹਜ਼ੂਰੀ ਵਿੱਚ ਬਿਤਾ, ਗੁਰੂ ਕੇ ਚਰਨਾਂ ਵਿੱਚ ਬਿਤਾ। ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ, ਕਹਿੰਦੇ ਨੇ ਫਿਰ ਉਹਨਾਂ ਦੇ ਦਿਲ ਦੇ ਵਿੱਚ ਮਹਾਂ ਅੰਮ੍ਰਿਤ ਪ੍ਰਗਟ ਹੋਵੇਗਾ, ਔਰ ਜਿਸ ਅੰਮ੍ਰਿਤ ਦੇ ਸਦਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭੂ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।